ਜਿਹੜੀ ਤੁਸੀਂ ਅਮਰਪਾਲ ਦੀ ਗੱਲ ਕਰਦੇ ਹੋ ਸਿਮਰਜੀਤ ਮਾਨ ਉਹਨੂੰ ਕੰਟਰੋਲ ਕਰਦੇ ਆ ਸਿਮਰਜੀਤ ਮਾਨ ਨੂੰ ਬੀਜੇਪੀ ਕੰਟਰੋਲ ਕਰ ਰਹੀ ਹੈ ਮਾਨ ਨੇ ਪਹਿਲਾਂ ਕੀ ਕਤੂਦ ਕੀਤੀ ਹੈ ਸਿਮਰਜੀਤ ਮਾਨ ਨੇ ਪਹਿਲਾਂ ਦੀਪ ਸਿੱਧੂ ਦਾ ਕਤਲ ਕਰਵਾਇਆ ਉਹਦੇ ਰਾਹੀਂ ਹੋਇਆ ਸ਼੍ਰੋਮਣੀ ਕਮੇਟੀ ਤੇ ਕਬਜਾ ਹੈ ਜੀ ਇੱਕ ਪਰਿਵਾਰ ਦਾ ਬਾਦਲ ਪਰਿਵਾਰ ਦਾ ਕਬਜਾ ਹੈ ਕਿ ਇਹਨੂੰ ਸ਼ਰਮ ਆਉਂਦੀ ਹੈ ਉਹ ਉਹਨਾਂ ਤੋਂ ਉਹਨਾਂ ਤੋਂ ਕਬਜਾ ਛੁਡਾ ਸਕਦੇ ਲੋਕ ਇਹ ਉਹਦੀ ਸਿਸਟਰ ਕੀ ਹੈ ਜੀ ਵੀ ਉਹਦੇ ਕੋਲੇ ਉਹਦੇ ਕੋਲੇ 15 ਮੀਗਟੀਆਂ ਉਹਦੇ ਕੋਲ ਹਨੀਆਂ ਹੁਣ ਜਿਹੜੀ ਸਕਿਉਰਟੀ ਖੋਈ ਸੀ ਉਹ ਆਪ ਲੈ ਲਈ ਬਾਦਲ ਵਰਗੇ ਜਾਂ ਕੈਪਟਨ ਵਰਗੇ ਲੋਟੇ ਕੱਪ ਮਾਰਦੇ ਸੀ ਵੱਡੇ ਮਾਰਨ ਆ ਗਿਆ 5000 ਬੰਦਿਆਂ ਦਾ ਕੱਟ ਸੀ ਤੁਹਾਡੇ ਪਿਆਰ ਦੇ ਜੁੱਤੀ ਨਿਕਲ ਕੀ ਤੁਸੀਂ ਮੀਰ ਸਿੰਘ ਬਾਦਲਵਾਲ ਵੱਲੋਂ ਉੱਥੇ ਮੈਂ ਕੱਲੇ ਜੁੱਤੀ ਨਹੀਂ ਸੁੱਟ ਛੁੱਟੇ ਉੱਥੇ ਮੈਂ 2-3 ਮਿੰਟ ਬੋਲਿਆ ਮੈਂ ਤੁਹਾਂ ਯਾਰ ਕਿਉਂ ਝੂਠ ਬੋਲੀ ਜਾਂਦਾ ਤੈਨੂੰ ਸ਼ਰਮ ਹੈ ਕੋਈ ਮੈਂ ਕਹ ਪਹਿਲਾਂ ਤੇਰਾ ਪਿਓ ਬੋਲਦਾ ਸੀ ਮੈਂ ਕਿਹਾ ਤੂੰ ਬੋਲੀ ਗਿਆ ਮਾਰਦਾ ਮੈਂ ਮੂੰਹ ਤੇ ਸ਼ਰਦਾ ਸੀਗਾ ਉੱਥੇ ਇੱਕ ਤਾਂ ਸਰੂਪੇ ਰੱਖੀ ਬੈਠੀ ਸੀ ਬਹੁਤ ਜ਼ਿਆਦਾ ਇਹ ਇੱਕ ਤੇ ਕੱਲਾ-ਕੁੱਲਾ ਹੁੰਦਾ ਤਾਂ ਫਿਰ ਮੈਂ ਮੂੰਹ ਤੇ ਮਾਰ ਨਹੀਂ ਦਿੰਦਾ ਜਿਹਦਾ ਉਹ ਸ਼ਰਮ ਆਉਂਦੀ ਹੈ ਬਾਦਲਾਂ ਦੀ ਕੱਟ ਪੁੱਤਲੀਏ ਬਾਦਲ ਜੋ ਵੀ ਲਿਖ ਕੇ ਦਿੰਦੇ ਨੇ ਉਹ ਬੋਲ ਦਿੰਦਾ ਸਾਡੀ ਕੌਮ ਨੂੰ ਖਤਮ ਕਰਨ ਵਾਸਤੇ ਤੇ ਪਰ ਰੱਜੀ ਜਾਂਦੀ ਸਾਡੇ ਆਪਣੇ ਲਈ ਤੇ ਹੁਣ ਮੋਰਾ ਉਹਨੇ ਅੰਮ੍ਰਿਤਵਾਲਾ ਬਣਾਇਆ ਸ਼ਿਮਰਜੀਤ ਮਾਨ ਬੀਜੇਪੀ ਦੇ ਅੰਡਰ ਚੱਲਦਾ ਹੈ ਖਾਲਿਸਤਾਨ ਦੇ ਨਾਰੇ ਹੋਰਾਂ ਤੋਂ ਲਵਾ ਰਿਆ ਆਪ ਲਾਉਂਦਾ ਨਹੀਂ ਉਹਨੂੰ ਜਿਹੜੀ ਲਿਖੀ ਲਿਖਾਈ ਕਹਿ ਲਈਏ ਸਕ੍ਰਿਪਟ ਜਿਹੜੀ ਹੈ ਉਹ ਪਿੱਛੋਂ ਆ ਰਹੀ ਸਾਡੇ ਇੱਥੇ ਜਿਹੜੇ ਸਕਾਲਰ ਬੈਠੇ ਮੈਂ ਨਾਂ ਨਾਂ ਲਾਵਾਂ ਉਹ ਬੰਦੇ ਉਹਨੂੰ ਲਿਖ ਕੇ ਦੇ ਦਿੰਦੇ ਨੇ ਉਹ ਪੜ੍ਹ ਦਿੰਦਾ ਦੀਪ ਸਿੱਧੂ ਵੀ ਇਦਾਂ ਹੀ ਕਰਦਾ ਹੈ ਇੱਕ ਐਮਐਲਏ ਕੋਲੇ ਬੰਦਾ ਪੂੜੀ ਲੈ ਕੇ ਭੱਜ ਜਾਂਦਾ ਸਮੈਕ ਦੀ ਉਹ ਐਮਐਲ ਸੁਦਾ ਕਹਿ ਰਿਹਾ ਕਹਿੰਦਾ ਪੁਲਿਸ ਮੇਰੇ ਅੱਖਾਂ ਹੀ ਨਹੀਂ ਲੱਗਦੀ ਉਹ ਗੁੰਡਾਗਰਦੀ ਸੀ ਮੈਂ ਪਹਿਲਾਂ ਵੀ ਕਿਹਾ ਸੀ ਅਮਰਤਪਾਲ ਵੀ ਕਰ ਰਿਹਾ ਜਿਹੜੇ ਪਹਿਲਾਂ ਨਿਹੰਗੇ ਸੀ ਉਹਨਾਂ ਨੇ ਵੀ ਗੁੰਡਾਗਰਦੀ ਕੀਤੀ ਸੰਜਨੈਲ ਸਿੰਘ ਦੇ ਪਿੱਛੇ ਲੋਕ ਅੱਜ ਵੀ ਲੱਗਦੇ ਐ ਪਹਿਲਾਂ ਵੀ ਲੱਗੇ ਸੀ ਸਤਕਾਰ ਕਰਦੇ ਉਹੀ ਕ੍ਰੈਡਿਟ ਇਹ ਲੈ ਲੈਂਦੇ ਆ ਲੋ ਪਰ ਮੈਂ ਤੁਹਾਨੂੰ ਇੱਕ ਕਲੀਅਰ ਕਰ ਦੇਣਾ ਵੀ 2-4 ਮਹੀਨੇ ਦੇ ਵਿੱਚ ਪੰਜਾਬ ਦਾ ਬੇੜਾ ਗਰਕਰ ਕਰਨ ਵਾਸਤੇ ਤਿਆਰ ਰਹਿਣ ਸਾਰੇ ਲੋਕ ਅਮਰਤਪਾਲ ਐ ਅਮਰਤਪਾਲ ਨੂੰ ਕਿਤੇ ਡਿਬੇਟ ਵਿੱਚ ਬਹਾ ਲੋ ਮੈਂ ਚਾਰ ਕਸਵਾਲ ਪੁੱਛੂਗਾ ਤੇ ਜਵਾਬ ਦੇ ਦੇ ਮੈਂ ਵੀ ਪਿਛੇ ਲੱਜੂਗਾ ਅਮਰਪਾਲ ਨੇ ਨਸ਼ਿਆਂ ਦੇ ਨਾਲ ਮੁੰਡੇ ਮਾਰੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਮੈਨੂੰ ਸਵਾਲ ਖੋਲ ਕੇ ਕਰੋ ਜਿਹੜੇ ਕਰਨੇ ਨੇ ਜਵਾਬ ਤੁਸੀਂ ਲਿਆ ਕਰੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਇੱਕ ਖਾਸ ਇੰਟਰਵਿਊ ਲੈ ਕੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਗਿਆਨੀ ਬੂਟਾ ਸਿੰਘ ਜੀ ਉਹ ਸ਼ਖਸ ਜਿਨੇ ਇੱਕ ਵਾਰੀ 5000 ਬੰਦਿਆਂ ਦਾ ਕੱਟ ਸੀ ਸੁਖਬੀਰ ਸਿੰਘ ਬਾਦਲ ਦੀ ਗੱਲ ਨਹੀਂ ਚੰਗੀ ਲੱਗੀ ਜੁੱਤੀ ਲਾ ਕੇ ਪੈਰ ਚੋਂ ਵਗਾ ਕੇ ਮਾਰੀ ਤੇ ਹੁਣ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਬਹੁਤ ਚਿੰਤਤ ਨਜ਼ਰ ਆ ਰਹੇ ਨੇ ਕੀ ਉਹਨਾਂ ਦੇ ਮਨ ਦੇ ਸ਼ਿਕਵੇ ਨੇ ਕੀ ਚਿੰਤਾ ਹੈ ਉਹਨਾਂ ਦੇ ਮਨ ਦੀ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਗੈਨੀ ਜੀ ਸਵਾਗਤ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਤੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਹੀ ਕੁਝ ਦਿਨਾਂ ਤੋਂ ਇੱਕ ਨੌਜਵਾਨ ਦੇ ਚਰਚੇ ਨੇ ਕਹਿੰਦਾ ਕਿ ਦੀਪ ਸਿੱਧੂ ਦੀ ਜਿਹੜੀ ਜੱਥੇਬੰਦੀ ਆ ਉਹਨੂੰ ਅੱਗੇ ਲੈ ਕੇ ਜਾਣਾ ਉਹਦੇ ਜਿਹੜੇ ਸੁਪਨੇ ਆ ਉਹਨੂੰ ਪੂਰਾ ਕਰਨਾ ਹੈ ਦੁਬਈ ਛੱਡ ਕੇ ਭਾਰਤ ਆ ਗਿਆ ਕੀ ਨੌਜਵਾਨੀ ਜਿਹੜੀ ਪੰਜਾਬ ਦੀ ਕਰਵਟ ਲੈ ਰਹੀ ਆ ਕੀ ਹੁਣ ਸਹੀ ਦਿਸ਼ਾ 'ਚ ਜਾ ਰਹੀ ਹੈ ਮੈਂ ਦੋ ਤਿੰਨ ਇੰਟਰਵਿਊ ਪਹਿਲਾਂ ਵੀ ਉਹਦੇ ਸੰਬੰਧ ਵਿੱਚ ਕੀਤੀਆਂ ਨੇ ਜੀ ਤੁਹਾਡਾ ਸਵਾਲ ਬਾਜਬਾ ਬਹੁਤ ਵਧੀਆ ਹੈ ਸਾਡੇ ਜੋਥ ਨੂੰ ਤਕਰੀਬਨ ਤਕਰੀਬਨ ਭਾਵੇਂ ਕੋਈ ਧਾਰਮਿਕ ਆਗੂ ਆਇਆ ਤੇ ਜਾਂ ਕੋਈ ਧਾਰਮਿਕ ਲੀਡਰ ਆਇਆ ਤੇ ਉਹਨਾਂ ਨੇ ਤਕਰੀਬਨ ਤਕਰੀਬ ਗਮਰਾਹ ਕੀਤਾ ਜੀ ਜਿਹਨੂੰ ਅਸੀਂ ਇਮੋਸ਼ਨਲ ਬਲੈਕਮੇਲ ਕਹਿੰਦੇ ਆ ਜਾਂ ਕਿਤੇ ಪಕ್ಷ ਦੇ ਨਾਂ ਤੇ ਕੀਤਾ ਹੋਵੇ ਜਾਂ ਸੰਜਨ ਅਨਲਿਸ ਦੇ ਨਾਂ ਤੇ ਕੀਤਾ ਹੋਵੇ ਤੇ ਇਹ ਵੀ ਉਹੀ ਸਭ ਕੁਝ ਹੋ ਰਿਹਾ ਹ ਹ ਜਿਹੜੀ ਤੁਸੀਂ ਅਮਰਤਪਾਲ ਦੀ ਗੱਲ ਕਰਦੇ ਹੋ ਦੀਪ ਸਿੱਧੂ ਦੇ ਵੇਲੇ ਉਹ ਦਵਾਈ ਰਹਿੰਦਾ ਸੀ ਧਰਨੇ ਵਿੱਚ ਉਹਦਾ ਕੋਈ ਬਹੁਤਾ ਰੋਲ ਨਹੀਂ ਸੀ ਠੀਕ ਹੈ ਮੈਂ ਤੁਹਾਨੂੰ ਇੱਥੇ ਇੱਕ ਇੱਕ ਹਟਕੇ ਗੱਲ ਕਹਿ ਦੇਣਾ ਸਵਾਲ ਕਰਨਾ ਜਵਾਬ ਦੇ ਦੇਣਾ ਸਿਮਰਜੀਤ ਮਾਨ ਉਹਨੂੰ ਕੰਟਰੋਲ ਕਰ ਲਿਆ ਹੂੰ ਸਿਮਰਜੀਤ ਮਾਨ ਨੂੰ ਬੀਜੇਪੀ ਕੰਟਰੋਲ ਕਰ ਰਹੀ ਹੈ 84 ਵੇਲੇ ਜੋ ਘਟਨਾ ਕਰਮ ਹੋਇਆ ਸੀ ਨਾ ਤੇ ਮੈਂ ਸ਼ਾਇਦ ਪਹਿਲਾਂ ਵੀ ਕਿਤੇ ਗੱਲ ਕੀਤੀ ਹੈ 8 ਵਜੇ ਤੋਂ ਬਾਅਦ ਸਾਨੂੰ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ ਇਹ ਉਹੀ ਕੁਝ ਦੁਹਰਾ ਰਹੇ ਨੇ ਕਿਉਂਕਿ ਏਜੰਸੀਆਂ ਚ ਆਉਂਦੀਆਂ ਨੇ ਜਿਹੜੀਆਂ ਸੈਂਟਰ ਦੇ ਥੱਲੇ ਨੇ ਵੀ ਪੰਜਾਬ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਹੈ ਹੂੰ ਉਹਨੂੰ ਖਤਮ ਕਿਵੇਂ ਕਰਨਾ ਹੈ ਕਿਹਦੇ ਤੋਂ ਕਰਵਾਉਣਾ ਹੈ ਸਾਡੇ ਆਪਣੇ ਤੋਂ ਖਤਮ ਕਰਵਾਉਣਾ ਮੈਂ ਇੱਥੇ ਬੇਨਤੀ ਕਰੂੰਗਾ ਜਿਹੜਾ ਜੋਥ ਅਮਰਤਪਾਲ ਦੇ ਪਿੱਛੇ ਲੱਗਿਆ ਹੋਇਆ ਉਹਨਾਂ ਦੇ ਪੇਰੈਂਟਸ ਨੂੰ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਕੰਟਰੋਲ ਕਰ ਲਓ ਤੇ ਉਹ ਦਿਨ ਦੂਰ ਨੇ ਜਿਹੜੇ 84 ਦੇ ਵਿੱਚ ਅਸੀਂ ਦਿਨ ਦੇਖੇ ਨੇ ਤੇ ਬਾਕੀ ਰਹੀ ਗੱਲ ਅਮਰਤਪਾਲ ਦੇ ਘਟ ਦੀ ਜਾ ਉਹਦੇ ਪੋਲਿਟਿਕਲ ਕੈਰੀਅਰ ਦੀ ਜਾਂ ਧਰਮ ਕੈਰੀਅਰ ਦੀ ਉਹ ਤਾਂ ਬਿਲਕੁਲ ਨਮ ਹੈ ਜੀ ਉਹ ਕਾਫੀ ਕੀ ਦੀ ਕਰ ਰਿਹਾ ਸੰਜਮਨੈਲ ਸਿੰਘ ਦੀ ਲੋਕ ਵੀ ਕਹਿੰਦੇ ਨੇ ਵੀ ਰੀਸਾ ਕਰ ਰਹੇ ਨੇ ਦੇਖੋ ਤੁਸੀਂ ਮੌਕੇ ਤੇ ਸਿਹ ਰੀਸਾ ਪਾਈ ਹੈ ਅਮਰ ਸ਼ਕਲਿਆ ਮੈਂ ਮਾਰਕਵਾ ਦੇਣਾ ਸਭ ਨੂੰ ਦੇਣੇ ਚਾਹੀਦੇ ਆ ਠੀਕ ਹੈ ਪਰ ਚੋਲਾ ਪਾਲਿਆ ਉਹ ਕਿਰਦਾਰ ਹੈ ਨਹੀਂ ਸੰਜਮਨੈਲ ਸਿੰਘ ਵਾਲੀ ਦਸਤਾਰ ਵਾਲੀ ਉਹ ਕਿਰਦਾਰ ਹੈ ਨਹੀਂ ਸੰਜਮਨੈਲ ਸਿੰਘ ਦਾ ਤੁਸੀਂ ਜੀਵਨ ਦੇਖੋ ਉਹਨਾਂ ਨੇ ਖਾਲਸਾ ਦੀ ਗੱਲ ਕਦੇ ਵੀ ਨਹੀਂ ਕੀਤੀ ਉਹ ਤਾਂ ਕਹਿੰਦੇ ਜਿਹੜੇ ਸਾਡੇ ਪੰਜਾਬ ਦੇ ਹੱਕ ਨੇ ਸੈਂਟ ਸਾਨੂੰ ਉਹ ਦੇ ਦੇ ਤੁਸੀਂ ਨਨਤਪੁਰ ਦਾ ਮਤਾ ਪੜ੍ਹ ਕੇ ਦੇਖ ਲੋ ਉਹਦੇ ਵਿੱਚ ਕੀ ਲਿਖਿਆ ਕਿਤੇ ਖਾਲਸਾ ਦੀ ਗੱਲ ਹੈਗੀ ਇਹ ਇਹ ਖਾਲਸਾਣ ਦੇ ਨਾਂ ਤੇ ਪਹਿਲਾਂ ਵੀ ਕੌਮ ਰਵਾਈ ਹੈ ਹੁਣ ਵੀ ਕੌਮ ਨੂੰ ਇਹ ਮਰਵਾ ਰਹੇ ਨੇ ਬੰਦੇ ਤੁਹਾਡੇ ਸਾਹਮਣੇ ਆ ਜਾਣਾ ਸਭ ਕੁਝ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਤੁਹਾਡੇ ਸਾਹਮਣੇ ਸਭ ਕੁਝ ਸਾਫ਼ ਹੋ ਜਾਣਾ ਦੂਜੀ ਗੱਲ ਮੈਂ ਤੁਹਾਨੂੰ ਹੋਰ ਕਹਿ ਦੇਣਾ ਅਮਰਤਪਾਲ ਜਿਹੜਾ ਥਾਪਿਆ ਗਿਆ ਉਹਨੂੰ ਥਾਪਣ ਵਾਲਾ ਕੌਣ ਹੈ ਕੋਈ ਦੱਸ ਸਕਦਾ ਮੈਨੂੰ ਇੱਕ ਪਾਸੇ ਤਲਵਾੜਾ ਖੜਾ ਹੈ ਉਹ ਕਹਿੰਦਾ ਦੀਪ ਸਿੱਧੂ ਮੇਰੇ ਨਾਲ ਲੈਂਦਾ ਸੀ ਦੀਪ ਸਿੱਧੂ ਮੇਰੇ ਕੋਲ ਸੀ ਠੀਕ ਹੈ ਉਧਰ ਅਮਰਤਪਾਲ ਉੱਠ ਕੇ ਆ ਗਿਆ ਉਹ ਕਹਿੰਦਾ ਬਾਰਸ਼ ਪੰਜਾਬ ਦੀ ਜਿਹੜੀ ਜੱਥੇਬੰਦੀ ਹੈ ਤੇ ਉਹ ਉਹ ਮੈਨੂੰ ਸੰਭਾਲਣ ਵਾਸਤੇ ਦੀਪ ਸਿੱਧੂ ਕਹਿ ਕੇ ਆ ਇਹ ਝੂਠ ਸਮਾਨ ਨਹੀਂ ਹੈਗਾ ਠੀਕ ਹੈ ਜਾਨੀ ਕਿ ਨਾ ਇਹਨਾਂ ਦੋ ਦੇ ਵਿਚਾਲੇ ਤਲਵਾੜੇ ਤੇ ਅਮਰਤਪਾਲ ਦੇ ਵਿਚਾਲੇ ਮਾਨ ਬੈਠਾ ਹੈ ਮਾਨ ਨੇ ਪਹਿਲਾਂ ਕੀ ਕਰਤੂਤ ਕੀਤੀ ਹੈ ਸਿਮਰਨਜੀਤ ਮਾਨ ਨੇ ਸਿਮਰਨਜੀਤ ਮਾਨ ਨੇ ਸਿਮਰਨਜੀਤ ਮਾਨ ਨੇ ਪਹਿਲਾਂ ਦੀਪ ਸਿੱਧੂ ਦਾ ਕਤਲ ਕਰਵਾਇਆ ਉਹਦੇ ਰਾਹੀਂ ਹੋਇਆ ਠੀਕ ਹੈ ਉਹਦਾ ਬੈਨੀਫਿਟ ਉਹਨੂੰ ਮਿਲਿਆ ਉਹ ਮੰਨਿਆ ਵੀ ਹੈ ਕਹਿੰਦਾ ਮੈਨੂੰ ਬਹੁਤ ਵੱਡਾ ਫਾਇਦਾ ਹੋਇਆ ਮੈਂ ਇਲੈਕਸ਼ਨ ਜਿੱਤ ਨਹੀਂ ਸਕਦਾ ਸਿੱਧੂ ਮੂਸੇਵਾਲਾ ਬਾਰੇ ਵੀ ਕਹਿੰਦਾ ਸਿੱਧੂ ਮੂਸੇਵਾਲੇ ਬਾਰੇ ਵੀ ਇਹੀ ਕੰਮ ਹੋਇਆ ਉਹਨਾਂ ਦੋਨਾਂ ਦੀ ਮੌਤ ਤੇ ਨਾਚ ਕਰਕੇ ਉਹ ਬੰਦਾ ਜਿੱਤੇ ਹੈ ਹੁਣ ਵੀ ਦੋਨੇ ਪਾਸੇ ਜਿਹੜਾ ਹੱਥ ਹੈ ਨੋ ਸੰਜੀਤ ਮਾਨ ਦਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਉਹਦੇਲੇ ਪਾਸੇ ਤਲਵਾੜੇ ਨੂੰ ਲੈ ਫਿਰਦਾ ਹੈ ਇਹਦੇਲੇ ਪਾਸੇ ਅੰਮ੍ਰਿਤਪਾਲ ਨੂੰ ਲੈ ਫਿਰਦਾ ਹੈ ਜਿਹੜਾ ਜੂਥ ਹੈ ਥੋੜਾ ਬਹੁਤਾ ਨਾਲ ਲੱਗਿਆ ਹੋਇਆ ਇਮੋਸ਼ਨਲ ਬਲੇਕ ਮੈਲੇ ਨੂੰ ਕਹਿੰਦੇ ਆ ਉਹ ਹੋ ਰਿਹਾ ਹੈ ਕਾਰਨ ਕੀ ਮੰਨਦੇ ਹੋ ਵੀ ਦੇਖੋ ਕਾਰਨ ਜਿਹੜਾ ਜੀ ਜਿਹੜਾ ਨਵਾਂ ਬੰਦਾ ਅੱਜ ਵੀ ਤੁਸੀਂ ਉੱਠ ਕੇ ਕਿਸੇ ਨੂੰ ਖੜਾ ਕਰ ਦਿਓਗੇ ਠੀਕ ਹੈ ਉਹਦੇ ਪਿੱਛੇ ਥੋੜਾ ਬਹੁਤਾ ਦਾ ਕਾਰਨ ਹੁੰਦਾ ਹੀ ਹੁੰਦਾ ਹੈ ਕਿਉਂਕਿ ਇੱਕ ਤਾਂ ਉਹਨੂੰ ਜਿਹੜੀ ਲਿਖੀ ਲਿਖਾਈ ਕਹਿ ਲੀਏ ਸਕ੍ਰਿਪਟ ਜਿਹੜੀ ਆ ਉਹ ਪਿੱਛੋਂ ਆ ਰਹੀ ਹੈ ਠੀਕ ਹੈ ਹੁਣ ਆਪਾਂ ਇੰਟਰਵਿਊ ਕਰ ਰਹੇ ਹਾਂ ਤੁਸੀਂ ਮੈਨੂੰ ਕੋਈ ਸਵਾਲ ਪਹਿਲਾਂ ਕੀਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਮੈਨੂੰ ਸਵਾਲ ਖੁੱਲ ਕੇ ਕਰੋ ਜਿਹੜੇ ਕਰਨੇ ਨੇ ਮੌਕੇ ਤੇ ਕਰੋ ਅਸੀਂ ਕੁਝ ਲਿਖ ਕੇ ਨਹੀਂ ਰੱਖਿਆ ਹੋਇਆ ਤੇ ਨਾ ਹੀ ਸਿੱਕ ਲਿਖ ਕੇ ਰੱਖਣਾ ਉਹਨੂੰ ਜੋ ਲਿਖਿਆ ਲਿਖਾਇਆ ਆਉਂਦਾ ਉਸ ਤੇ ਤੇ ਬੋਲ ਦਿੰਦਾ ਬਾਣੀ ਦੇ ਤੋਕਾ ਹਲੇ ਠੀਕ ਹੈ ਸਾਡੇ ਇੱਥੇ ਜਿਹੜੇ ਸਕਾਲਰ ਬੈਠੇ ਹੈ ਮੈਂ ਨਾਂ ਨਾਂ ਲਾਵਾਂ ਉਹ ਭਾਈਚਾਰਕ ਸੰਸਾਧ ਸਾਡੀ ਪ੍ਰਚਾਰਕ ਜਿਹੜੇ ਬੰਦੇ ਦੀ ਠੀਕ ਹੈ ਨਾਂ ਨਾਂ ਲਾਵਾਂ ਉਹ ਬੰਦੇ ਉਹਨੂੰ ਲਿਖ ਕੇ ਦੇ ਦਿੰਦੇ ਨੇ ਉਹ ਪੜ੍ਹ ਦਿੰਦਾ ਹੈ ਦੀਪ ਸਿੱਧੂ ਵੀ ਇਦਾਂ ਹੀ ਕਰਦਾ ਰਿਹਾ ਬਾਅਦ ਵਿੱਚ ਕਿਸੇ ਕੋਲ ਜਵਾਬ ਕੋਈ ਨਹੀਂ ਤੇ ਉਹ ਤੇ ਇਸਾਈ ਧਰਮ ਤੇ ਵੀ ਨਿਸ਼ਾਨਾ 사ਧ ਰਹੇ ਨੇ ਕਹਿੰਦੇ ਜਿਹੜੇ ਪਾਸਟਰ ਤੁਹਾਡੇ ਪਿੰਡਾਂ ਚ ਆਉਂਦੇ ਨੇ ਲਿਖ ਕੇ ਲਾ ਦੇ ਉਹਨਾਂ ਨੂੰ ਵੜਨ ਨਾ ਦਿਓ ਚਲੋ ਤੁਸੀਂ ਪੰਜਾਬ ਵਿੱਚ ਲਿਖ ਕੇ ਲਾ ਦਿਓਗੇ ਤਿੰਨ ਕੰਟਰੀਆਂ ਦੇ ਵਿੱਚ ਤਾਂ ਮੈਂ ਜਾ ਕੇ ਆ ਅਮਰੀਕਾ ਕੈਨੇਡਾ ਇੰਗਲੈਂਡ ਉੱਥੇ ਗ੍ਰਾਊਂਡ ਕੋਣ ਨੇ ਕ੍ਰਿਸਚਨ ਨੇ ਉੱਥੇ ਸਾਨੂੰ ਗੁਰਦੁਆਰਾ ਸਾਹਿਬ ਬਣਾਉਣ ਬਾਰੇ ਉਹਨੇ ਇਜਾਜ਼ਤ ਦਿੱਤੀ ਹੋਈ ਹੈ ਕਿ ਨਹੀਂ ਦਿੱਤੀ ਹੋਈ ਤੇ ਜੇ ਉਹਨਾਂ ਨੇ ਉੱਥੇ ਕਲਰ ਪਾਤਾ ਫੇਰ ਅੱਜ ਉਹ ਸਾਡੇ ਬੰਦੇ ਜਿਹੜੇ ਉੱਥੇ ਕ੍ਰਾਈਮ ਕਰਦੇ ਸੀ ਉਹਨਾਂ ਨੂੰ ਰਿਪੋਰਟ ਕਰ ਰਹੇ ਨੇ ਅਸੀਂ ਕੀ ਕਰਾਂਗੇ ਫਿਰ ਇਹ ਜਿਹੜੇ ਅਮਰਤਪਾਲ ਵਰਗੇ ਨੇ ਨਾ ਪਾਸਟਾਂ ਦੇ ਖਿਲਾਫ ਬਿਆਨਬਾਜ਼ੀ ਕਰਕੇ ਉਹਨਾਂ ਨੂੰ ਪਿੰਡਾਂ ਵਿੱਚ ਵੜਨਾ ਦਿਓ ਸਾਡੀਆਂ ਫਰਵਰਨ ਕੰਟੀਆਂ ਦਾ ਮਾਹੌਲ ਵੀ ਖਰਾਬ ਕਰਨਾ ਚਾਹੁੰਦੇ ਨੇ ਜਿਹੜੇ ਸਾਡੇ ਉੱਥੇ ਲੋਕ ਬੈਠੇ ਨੇ ਨਾ ਐਡੇ-ਐਡੇ ਬਿਜ਼ਨਸ ਬਿਜ਼ਨਸ ਬਣਾਈ ਬੈਠੇ ਨੇ ਕਾਰੋਬਾਰ ਕਰਦੇ ਨੇ ਉਹਨਾਂ ਲਈ ਵੀ ਖਤਰੇ ਦੀ ਘੰਟੀ ਰੁੱਕ ਬਜਾ ਰਹੇ ਨੇ ਵੱਜੂਗੀ ਹੁਣ ਜਿਹੜੇ ਸਟੂਡੈਂਟ ਜਾਂਦੇ ਉਹ ਕਦੇ ਲਈ ਜਾਂਦੇ ਆ ਫਿਰ ਤੁਸੀਂ ਕਿਉਂ ਜਾਣਦੇ ਹੋ ਉੱਥੇ ਠੀਕ ਹੈ ਨਾ ਜਾਨੀ ਕਿ ਇਹ ਇਕੱਲਾ ਇਹ ਪੰਜਾਬ ਦਾ ਨਹੀਂ ਇਹ ਬਾਹਰ ਵੀ ਜਿਹੜਾ ਮਾਹੌਲ ਹੈ ਖਰਾਬ ਕਰਨਗੇ ਸਾਡੇ ਕਿੰਨੇ ਪੰਜਾਬੀ ਕੈਨੇਡਾ ਅਮਰੀਕਾ ਬੈਠੇ ਹਮ ਬਿਲਕੁਲ ਠੀਕ ਹੈ ਉਹ ਕੀ ਕਰਨਗੇ ਉਹਨਾਂ ਦੀਆਂ ਯੂਨੀਵਰਸਿਟੀਆਂ ਵਿੱਚ ਸਾਡੇ ਬੱਚੇ ਪੜ੍ਹਦੇ ਇੱਥੇ ਹੀ ਪੜ੍ਹਦੇ ਠੀਕ ਹੈ ਉਹ ਗੁੰਡਾਗਰਦੀ ਸੀ ਮੈਂ ਪਹਿਲਾਂ ਵੀ ਕਿਹਾ ਸੀ ਅਮਰਤਪਾਲ ਵੀ ਕਰ ਰਿਹਾ ਜਿਹੜੇ ਪਹਿਲਾਂ ਨਿਹੰਗੇ ਸੀ ਉਹਨਾਂ ਨੇ ਵੀ ਗੁੰਡਾਗਰਦੀ ਕੀਤੀ ਹੈ ਜੇ ਤੁਸੀਂ ਉਹਨਾਂ ਦੇ ਪ੍ਰੋਗਰਾਮ ਜਾ ਕੇ ਰੋਕੋਗੇ ਤੇ ਕੱਲ ਨੂੰ ਸਾਡੇ ਪ੍ਰੋਗਰਾਮ ਉਹਨਾਂ ਨੂੰ ਰੋਕਣੇ ਸ਼ੁਰੂ ਕਰਤੇ ਫਿਰ ਸਾਡੀ ਉਹ ਨਹੀਂ ਬੋਲਟ ਹੈ ਨਹੀਂ ਅਸੀਂ 2 2.5% ਦੇ ਮਾਲਕ ਹੀ ਆ ਬਹੁਤੇ ਨਹੀਂ ਅਸਾਈਆਂ ਦੀ ਵੋਟ ਜਾਂ ਕਹਿ ਲਈਏ ਬਹੁਤ ਜ਼ਿਆਦਾ ਹੈ ਉਹਨਾਂ ਦੀ ਅਸੀਂ ਨੂੰ ਮੁਕਾਬਲੇ ਹੈ ਨਹੀਂ ਨਾ ਇੱਥੇ ਆ ਨਾ ਬਾਹਰ ਇੱਕ ਚੀਜ਼ ਹੋਰ ਉਹਨਾਂ ਨੇ ਕਹੀ ਕਹਿੰਦੇ ਸਿੱਖੀ ਸਿਰ ਮੰਗਦੀ ਆ ਜਿੰਨਾ ਚਿਰ ਸਰੈਂਡਰ ਨਾ ਕਰੀਏ ਗੱਲ ਬਣਦੀ ਨਹੀਂ ਕੀ ਚਾਹੁੰਦੇ ਨੇ ਪੰਜਾਬ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਦੁਨਿਆਵੀ ਸਿਰ ਦੀ ਜੇ ਕਿਤੇ ਇੱਕ ਸ਼ਬਦ ਵਿੱਚ ਮੈਨੂੰ ਗੱਲ ਦਿਖਾ ਦਊ ਕਿਤੇ ਮੈਂ ਦੇਣਦਾਰ ਆ ਗੁਰ ਬਾਣੀ ਵਿੱਚ ਜਿੱਥੇ ਸਿਦਕ ਦੀ ਗੱਲ ਆਉਂਦੀ ਆ ਸਿਰ ਦੀ ਗੱਲ ਆਉਂਦੀ ਆ ਉੱਥੇ ਹੰਕਾਰ ਦੀ ਹੋਮੇ ਦੀ ਗੱਲ ਆਉਂਦੀ ਆ ਠੀਕ ਹੈ ਤੇ ਗੁਰੂ ਸਾਹਿਬ ਨੇ ਸਿਰ ਮੰਗੇ ਸੀ ਸਿਰ ਦਿੱਤੇ ਕਿਹਨਾਂ ਦੇ ਦਿੱਤੇ ਜਿਹੜੇ ਉਹਨਾਂ ਦੇ ਬਿਲਕੁਲ ਨਿਕਟਵਰਤੀ ਸੀ ਜਿਹੜੇ ਗੁਰਬਾਣੀ ਦੇ ਨੇੜੇ ਸੀ ਸਿਧਾਂਤਾਂ ਨੂੰ ਮੰਨਣ ਵਾਲੇ ਸੀ ਜਿਹੜਾ ਅੰਮ੍ਰਿਤਵਾਲ ਸਿਰ ਦੇਣ ਦੀ ਗੱਲ ਕਰਦਾ ਇਹ ਤਾਂ ਸੰਜਨੈਲ ਸਿੰਘ ਦੀ ਜਿਹੜੀ ਸਪੈਕ ਥੋੜੀ ਬਹੁਤੀ ਹੈਗੀ ਆ ਨਾ ਉਹ ਚੱਲਦੀ ਨੌਜਵਾਨਾਂ ਵਿੱਚ ਸੰਜਨੈਲ ਸਿੰਘ ਦੇ ਪਿੱਛੇ ਲੋਕ ਅੱਜ ਵੀ ਲੱਗਦੇ ਆ ਪਹਿਲਾਂ ਵੀ ਲੱਗੇ ਸੀ ਸਤਕਾਰ ਕਰਦੇ ਉਹੀ ਕ੍ਰੈਡਿਟ ਇਹ ਲੈ ਲੈਂਦੇ ਆ ਲੋਕ ਫੋਟੋ ਸੰਤਾਂ ਦੀ ਲੱਗੀ ਹੋਈ ਹੈ ਪਿੱਛੇ ਆਪ ਖੜੇ ਨੇ ਠੀਕ ਹੈ ਹੋਣਾ ਕੀ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਪਰ ਮੈਂ ਤੁਹਾਨੂੰ ਇੱਕ ਕਲੀਅਰ ਕਰ ਦੇਣਾ ਵੀ 2-4 ਮਹੀਨੇ ਦੇ ਵਿੱਚ ਪੰਜਾਬ ਦਾ ਬੇੜਾ ਗਰ ਕਰਨ ਵਾਸਤੇ ਤਿਆਰ ਰਹਿਣ ਸਾਰੇ ਲੋਕ ਅਸੀਂ ਵੀ ਜ਼ਿੰਮੇਵਾਰ ਹੋਵਾਂਗੇ ਖਾਸ ਕਰਕੇ ਜਿਹੜੇ ਬੰਦੇ ਲਾਈ ਲਾਗਾ ਪਿੱਛੇ ਲੱਗਦੇ ਆ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪਿਛਲੇ ਸਾਲਾਂ ਦੇ ਵਿੱਚ ਚਲਾ ਜਾਣਾ ਦੁਬਾਰਾ ਮੈਂ ਕਹਿੰਦਾ ਜਾ ਚੁੱਕਾ ਹੈ ਜੀ ਜਾ ਚੁੱਕਾ ਹੈ ਜਦੋਂ ਤੁਸੀਂ ਐਡੇ ਐਡੇ ਧਰਮਾਂ ਦੇ ਨਾਲ ਪੰਗਾ ਲੈ ਰਹੇ ਹੋ ਜਾਣ ਬੁਝ ਕੇ ਗੁੰਡਾਗਰਦੀ ਕਰ ਰਹੇ ਹੋ ਤੁਸੀਂ ਮੈਨੂੰ ਮੈਂ ਤੁਹਾਨੂੰ ਇੱਕ ਸਵਾਲ ਕਰ ਦੇਣਾ ਅੰਮ੍ਰਿਤਪਾਲ ਨੇ ਨਸ਼ਿਆਂ ਦੇ ਨਾਲ ਮੁੰਡੇ ਮਾਰੇ ਨੇ ਕੀ ਕੀਤਾ ਉਹਨੇ ਕੋਈ ਕੰਮ ਨੂੰ ਸਮਾਜ ਨੂੰ ਕੀ ਦੇਣ ਹੈਗੀ ਇੱਕ ਬੰਦਾ ਦਵਾਈ ਚ ਉੱਠ ਕੇ ਆ ਜਾਂਦਾ ਉਹਨੂੰ ਪਤਾ ਵੀ ਪਹਿਲਾਂ ਬਾਦਲਾਂ ਦੀ ਥੂਥੂ ਹੋਈ ਪਈ ਆ ਇੱਥੇ ਕੋਈ ਹੋਰ ਧਾਰਮਿਕ ਜਥੇਬੰਦੀ ਹੈ ਨਹੀਂ ਹੋ ਸਕਦਾ ਲੋਟ ਆ ਜੇ ਕੰਮ ਹਕੂਮਤਾਂ ਵੀ ਤੇ ਨਸ਼ੇ ਦੇ ਨਾਲ ਪੰਜਾਬ ਨੂੰ ਬਰਬਾਦ ਕਰ ਰਹੀਆਂ ਨੇ ਨੌਜਵਾਨੀ ਨੂੰ ਬਰਬਾਦ ਕਰ ਰਹੀਆਂ ਨੇ ਫਿਰ ਨੌਜਵਾਨ ਕਰਨ ਵੀ ਕੀ ਦੇਖੋ ਜਿਹੜੀ ਬੇਰੁਜ਼ਗਾਰੀ ਹੈ ਜੀ ਉਹ ਤਾਂ ਗਵਰਨਮੈਂਟ ਜ਼ਿੰਮੇਵਾਰ ਹੈ ਪਹਿਲੀਆਂ ਸਰਕਾਰਾਂ ਵੀ ਸੀ ਹੁਣ ਦੀ ਮੌਜੂਦਾ ਸਰਕਾਰ ਵੀ ਜ਼ਿੰਮੇਵਾਰ ਹੈ ਠੀਕ ਹੈ ਪਰ ਅਸੀਂ ਸਰਕਾਰ ਤੇ ਨਿਰਭਰਤਾ ਨਹੀਂ ਹੋ ਸਕਦੇ ਨਾ ਹੁਣ ਜਿਹੜੇ ਸੀ ਲੋਕ ਬਾਹਰ ਰਹਿੰਦੇ ਆ ਉਹ ਉਹਨਾਂ ਕੋਲੇ ਜਾਵਾਂਗੇ ਤਾਂ ਸਰਕਾਰ ਦਿੰਦੀ ਹੈ ਪ੍ਰਾਈਵੇਟ ਕੰਪਨੀਆਂ ਨੇ ਉਹ ਆਪਣੇ ਕੰਮ ਵੀ ਕਰਦੇ ਇੱਥੇ ਸਾਡੇ ਲੋਕ ਕੰਮ ਕਰਨ ਨੂੰ ਤਿਆਰ ਨਹੀਂ ਠੀਕ ਹੈ ਜਿਹੜੇ ਬੰਦੇ ਮੈਂ ਕਹਿਣਾ ਚਾਹੁੰਦਾ ਉੱਥੇ ਜਾ ਕੇ ਟਾਇਲਟਾਂ ਸਾਫ਼ ਕਰਦੇ ਆ ਤੇ ਇੱਥੇ ਆਪਣੇ ਘਰਾਂ ਵਿੱਚ ਉਹਨੇ ਭਈਏ ਰੱਖੇ ਹੋਏ ਨੇ ਠੀਕ ਹੈ ਨਾ ਇਹ ਤਾਂ ਸਾਨੂੰ ਆਪਣੇ ਆਪ ਨੂੰ ਸ਼ਰਮ ਆਉਣੀ ਚਾਹੀਦੀ ਅਸੀਂ ਕਹਿੰਦੇ ਆ ਵੀ ਇੱਕ ਭਈਆ ਰੇੜੀ ਲਈ ਖੜਾ ਉਹ 2000 ਰੁਪਏ ਰੋਜ਼ ਕਮਾ ਰਿਹਾ 60000 ਰੁਪਏ ਹੋ ਗਿਆ ਤੇ ਸਾਡੇ ਬੰਦੇ ਆਪਣੇ ਘਰੇ ਪੱਠੇ ਪਾਉਣ ਨੂੰ ਤਿਆਰ ਨਹੀਂ ਆਪਣੀ ਰਸੋਈ ਵਿੱਚ ਆਪਣੇ ਘਰ ਵਾਲੀ ਬਿਮਾਰ ਹੁੰਦੀ ਹੈ ਚਾਹ ਦਾ ਕੱਪ ਉਹਨੂੰ ਦੇਣ ਲਈ ਤਿਆਰ ਨਹੀਂ ਠੀਕ ਹੈ ਜਾਨੀ ਕਿ ਜ਼ਿੰਮੇਵਾਰੀ ਜੇ ਗਵਰਨਮੈਂਟ ਦੀ ਹੈ ਤਾਂ ਜੋਥ ਦੀ ਵੀ ਹੈਗੀ ਹੈ ਪੜ੍ਹ ਲੈ ਕੇ ਇਹ ਕੋਈ ਮਤਲਬ ਨਹੀਂ ਹੁੰਦਾ ਵੀ ਸਾਨੂੰ ਜੌਬ ਸਰਕਾਰੀ ਜੌਬ ਹੀ ਮਿਲੇ ਤੁਸੀਂ ਪੜ੍ਹਿਓ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਕਿੰਨੀ ਕਾਸ ਰੱਖੀਏ ਸਰਕਾਰਾਂ ਤੇ ਆਸ ਨਾ ਪਹਿਲਾਂ ਰੱਖੀਏ ਨਾ ਹੁਣ ਰੱਖਣ ਦੀ ਲੋੜ ਹੈ ਠੀਕ ਹੈ ਜਿਹੜੀ ਅਮਰਪਾਲ ਦੀ ਤੁਸੀਂ ਗੱਲ ਕੀਤੀ ਹੈ ਅਮਰਤਪਾਲ ਨਾ ਜੋਥਲੇ ਕੁਝ ਕਰ ਸਕਦਾ ਤੇ ਨਾ ਰਾਜਨੀਤੀ ਜਿਹੜੀ ਸਾਡੀ ਗੰਦੀ ਹੋਈ ਉਹਦੇ ਲਈ ਕੁਝ ਕਰ ਸਕਦਾ ਤੁਸੀਂ ਬਾਹਲੀ ਗੱਲ ਛੱਡੋ ਸ਼੍ਰੋਮਣੀ ਕਮੇਟੀ ਤੇ ਕਬਜਾ ਹੈ ਜੀ ਇੱਕ ਪਰਿਵਾਰ ਦਾ ਹੂੰ ਬਾਦਲ ਪਰਿਵਾਰ ਦਾ ਕਬਜਾ ਹੈ ਕਿ ਇਹਨੂੰ ਸ਼ਰਮ ਆਉਂਦੀ ਹੈ ਉਹ ਉਹਨਾਂ ਤੋਂ ਉਹਨਾਂ ਤੋਂ ਕਬਜਾ ਛਡਾ ਸਕਦੇ ਲੋਕ ਇਹ ਨਹੀਂ ਛਡਾਉਣਾ ਇਹਨਾਂ ਨੂੰ ਪਤਾ ਹੈ ਮੂਰੇ ਇਲੈਕਸ਼ਨ ਹੋਣੇ ਆ ਪਹਿਲਾਂ ਸਾਰਾ ਕੁਝ ਭੰਮੜ ਗੋ ਇਸ ਵਿੱਚ ਲੋਕਾਂ ਨੂੰ ਪਾ ਕੇ ਨਾ ਇਹਨਾਂ ਨੇ ਮਾਹੌਲ ਖਰਾਬ ਕਰਨਾ ਫਿਰ ਫਿਰ ਜਿਹੜੀ ਸਤਾ ਸ਼੍ਰੋਮਣੀ ਕਮੇਟੀ ਦਾ ਬਦਲਾ ਤਾਂ ਵਿੱਚ ਵਿੱਚ ਲਿਆਣੀ ਹੈ ਹੂੰ ਆਹ ਕਾਰਨ ਨੇ अच्छा कहनी जी असदुद्दीन अवैसी दे नाल अमृतपाल दी तुलना हो रही है कहंदे के ओ जदों बयान द인다 ਤੇ ਧਰੂਵਿਕਰਨ ਕਰਦਾ ਤੇ ਜਦੋਂ ਅੰਮ੍ਰਿਤਪਾਲ ਸਿੰਘ ਬਿਆਨ ਦਿੰਦਾ ਉਹ ਵੀ ਪੰਜਾਬ ਦਾ ਧਰੂਵਿਕਰਨ ਕਰਦਾ ਸਹਿਮਤ ਹੋ ਇਸ ਚੀਜ਼ ਨਾਲ ਨਹੀਂ 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 ਇਹਦੇ ਨਾਲ ਕੋਈ ਬਹੁਤੀ ਵੱਡੀ ਗੱਲ ਹੈ ਨਹੀਂ ਜੇ ਤਾਂ ਲੋਕਾਂ ਦੀਆਂ ਫ਼ਰਮਾਂ ਵੀ ਕੁਝ ਹੁੰਦੀਆਂ ਨੇ ਤੇ ਪਰ ਇਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਪਲਾਂਟ ਉਹਨੂੰ ਉੱਥੇ ਹੀ ਕੀਤਾ ਗਿਆ ਦਬਈ ਤੋਂ ਕੀਤਾ ਗਿਆ ਠੀਕ ਹੈ ਉੱਥੇ ਵੱਡੇ ਵੱਡੇ ਜਿਹੜੇ ਏਜੰਸੀਆਂ ਦੇ ਅੱਡੇ ਅੱਡੇ ਵਿੱਚ ਹੈਗੇ ਐਜ ਕੋਈ ਸ਼ੱਕ ਨਹੀਂ ਸਾਡੀ ਕੌਮ ਨੂੰ ਖਤਮ ਕਰਨ ਵਾਸਤੇ ਜਿਹੜੀ ਵੀ ਸਾਜ਼ਿਸ਼ ਰਚੀ ਜਾਂਦੀ ਹੈ ਉਹ ਤਕਰੀਬਨ ਬਾਹਰੋਂ ਹੀ ਰਚੀ ਜਾਂਦੀ ਹੈ ਹੂੰ ਤੇ ਪਰ ਰਚੀ ਜਾਂਦੀ ਸਾਡੇ ਆਪਣੇ ਲਈ ਤੇ ਹੁਣ ਮੋਹਰਾ ਉਹਨੇ ਅੰਮ੍ਰਿਤਪਾਲ ਨੂੰ ਬਣਾਇਆ ਹੋਇਆ ਤੁਸੀਂ ਕੁਝ ਕਿ ਮਿੰਟਸ ਪਹਿਲਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹੈ ਜਿਹੜਾ ਉਹ ਸਾਰਾ ਕੁਝ ਕਰਵਾ ਰਿਹਾ ਸਿਮਰਨਜੀਤ ਮਾਨ ਬਹੁਤ ਵਿਵਾਦਤ ਬਿਆਨ ਵੀ ਦੇ ਰਹੇ ਨੇ ਜਦੋਂ ਕਿ ਤੋਂ ਸੰਗਰੂਰ ਤੋਂ ਜਿੱਤੇ ਨੇ ਉਹਨਾਂ ਨੇ ਭਗਤ ਸਿੰਘ ਨੂੰ ਅਤਵਾਦੀ ਕਿਹਾ ਉਹ ਵੀ ਫਿਰ ਕਿਸੇ ਨੇ ਕਹਾਇਆ ਮੈਂ ਤੁਹਾਨੂੰ ਪਹਿਲੇ ਹੀ ਕਹਿ ਦਿੱਤਾ ਜੀ ਸਿਮਰਨਜੀਤ ਮਾਨ ਭਾਜਪਾ ਦੇ ਅੰਡਰ ਚੱਲਦਾ ਹੈ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਮੈਂ ਦਰਸ਼ਕਾਂ ਨੂੰ ਵੀ ਕਹਿ ਦੇਣਾ ਜਵਾਬ ਤੁਸੀਂ ਲਿਆ ਕਰੋ ਜਿਹੜੇ ਸੰਵਿਧਾਨ ਨੂੰ ਉਹ ਮੰਨਦਾ ਨੇ ਉਹ ਸੰਵਿਧਾਨ ਦੇ ਅੰਦਰ ਉਹਨੇ ਇਲੈਕਸ਼ਨ ਵੀ ਲੜੀ ਆ ਉਹ ਸੰਵਿਧਾਨ ਦੇ ਅੰਦਰ ਉਹਨੇ ਸੌਂ ਵੀ ਚੁੱਕੀ ਆ ਤੇ ਫਿਰ ਤੁਸੀਂ ਕਿਦਾਂ ਕਹਿ ਸਕਦੇ ਹੋ ਵੀ ਸਿਮਰਜੀਤ ਸਿੰਘ ਮਾਨ ਅਜਾ ਸੋਚ ਦਾ ਮਾਲਕ ਹੈ ਠੀਕ ਹੈ ਖਾਲਿਸਤਾਨ ਦੇ ਨਾਰੇ ਹੋਰਾਂ ਤੋਂ ਲਵਾ ਰਿਆ ਆਪ ਲਾਉਂਦਾ ਨਹੀਂ ਜਦੋਂ ਖਾਲਿਸਤਾਨ ਦੀ ਕੋਈ ਗੱਲ ਕਰਦਾ ਤੇ ਉਹ ਕਹੇ ਜ ਗੰਦੇ ਗੰਦੇ ਇਸ਼ਾਰੇ ਕਰਕੇ ਮਾਫੀ ਮੰਗਦਾ ਜਾ ਉਹ ਸੈਨ ਦਿੰਦਾ ਕਿਸੇ ਨੂੰ ਵੀ ਹੈ ਨਾ ਇਦਾਂ ਤੁਸੀਂ ਦੇਖ ਹੀ ਆ ਉਸ ਉਸ ਬੰਦੇ ਨੂੰ ਤੇ ਉਹਨੂੰ ਤੁਸੀਂ ਕਿਦਾਂ ਕਹਿ ਸਕਦੇ ਹੋ ਠੀਕ ਹੈ ਸਿਮਰਮਜੀਤ ਜਿਹੜਾ ਮਾਨ ਆ ਨਾ ਜੀ ਮੈਂ ਕਾਫੀ ਵਧੀਆ ਤਰੀਕੇ ਨਾਲ ਉਹਨੂੰ ਚੰਗੇ ਨੇੜੇ ਹੋ ਕੇ ਦੇਖਿਆ ਹੋਇਆ ਉਸ ਬੰਦੇ ਨੂੰ ਕੈਨੇਡਾ ਅਮਰੀਕਾ ਮੇ ਜਿਹੜਾ ਰਿਫਿਊਜੀ ਕੇਸ ਲੱਗਦਾ ਉਹਦੇ ਵਾਸਤੇ ਵੀ ਉਹਨੇ ਲੱਖਾਂ ਰੁਪਈਆ ਇਥੋਂ ਲੈਟਰ ਪੈਡ ਦਾ ਲਿਆ ਹੋਇਆ ਹੈ ਉਸ ਬੰਦਿਆਂ ਨੇ ਫਰੋਤੀਆਂ ਨਾ ਬੰਦਿਆਂ ਨੇ ਪੈਸੇ ਮੋٹے ਮੋٹے ਘਰਾਂ ਤੋਂ ਪੈਸੇ ਲੈ ਕੇ ਫਰੋਤੀਆਂ ਲਗੀਆਂ ਹੋਈਆਂ ਇਹਨਾਂ ਨੇ ਲੋਕਾਂ ਦੇ ਬੱਚੇ ਚੱਕ ਕੇ ਕੁੜੀਆਂ ਚੱਕ ਉਸ ਵਕਤ ਦੇ ਸਮੇਂ ਦੇ ਵਿੱਚ ਠੀਕ ਹੈ ਜਾਨਕਿ ਸਿਮਰਜੀਤ ਮਾਨ ਦੇ ਜਰੀਏ ਹੀ ਬੀਜੇਪੀ ਸਭ ਕੁਝ ਕਰਵਾ ਰਹੀ ਹੈ ਠੀਕ ਹੈ ਤੁਸੀਂ ਮਾਹੌਲ ਦੇਖ ਲਿਓ ਕਿ ਹੁਣ ਹੈ ਕਿਉਂਕਿ 24 ਦੇ ਵਿੱਚ ਨਾ ਤਾਕਤਾਂ ਪਲਟ ਸਕਦਾ ਹੈ ਬੀਜੇਪੀ ਨੂੰ ਪਤਾ ਹੈ ਜੇ ਅਸੀਂ ਪੰਜਾਬ ਦੇ ਵਿੱਚੋਂ ਕੁਝ ਨਾ ਕਰ ਸਕੇ ਤਾਂ ਸਾਡਾ ਬਾਹਰ ਕਿਤੇ ਕੁਝ ਨਹੀਂ ਬਣਨਾ ਜਿਹੜਾ ਇਸ਼ੂ ਬਣਦਾ ਨਾ ਇਹ ਖਾਸ ਕਰਕੇ ਇੰਡੀਆ ਕੰਟਰੀ ਦੇ ਵਿੱਚ ਉਹ ਪੰਜਾਬ ਨਕਸ਼ੇ ਤੇ ਹੈ ਇੰਡੀਆ ਨਹੀਂ ਹੈਗਾ ਪੰਜਾਬ ਹੈ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬ ਦੀਆਂ ਨੇ ਪੰਜਾਬੀ ਗਰੀਨ ਸਿੱਖਾਂ ਦੀਆਂ ਨੇ ਜਿਹੜੀ ਵੀ ਪੋਲਿਟਿਕਸ ਕੋਈ ਪਾਰਟੀ ਆਉਂਦੀ ਆ ਉਹ ਪੰਜਾਬ ਨੂੰ ਟਾਰਗੇਟ ਕਰਦੀ ਕਰਦੀ ਆ ਹੁਣ ਕਾਰਨ ਕੀ ਆ ਤੁਹਾਨੂੰ ਮੈਂ ਦੱਸ ਦਿੰਨਾ ਹੁਣ ਕਾਰਨ ਇਹ ਹੈਗਾ ਵੀ ਇਹਨਾਂ ਦੋਨਾਂ ਮੰਦਨ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਾਈਏ ਸਿੱਖ ਕਮਿਊਨਿਟੀ ਰਾਹੀਂ ਕਰਵਾਈਏ ਮਾਰ ਧਾਰ ਜਿਹੜੀ ਹੈ ਨਾ ਇੱਕ ਕਲਟ ਸ਼ਬਦ ਵਰਤਿਆ ਹੈ ਮੋਦੀ ਨੇ ਜਿਹੜਾ ਜੁਰਾਇਮ ਪੇਸ਼ਾ ਕੌਮ ਸਾਨੂੰ ਕਿਹਾ ਅਤਵਾਦੀ ਕਿਹਾ ਗਿਆ ਉਹ ਆਮ ਲੋਕਾਂ ਨੂੰ ਪਤਾ ਨਹੀਂ ਜਿਹੜੇ ਪੜੇ ਲਿਖੇ ਉਹਨਾਂ ਨੂੰ ਪਤਾ ਸੀ ਠੀਕ ਹੈ ਵੀ ਇਹ ਜੁਰਾਇਮ ਪੇਸ਼ਾ ਇਹ ਲੋਕ ਨੇ ਮਾਰ ਧਾਰ ਵਾਲੇ ਲੋਕ ਨੇ ਇਥੋਂ ਸਾਨੂੰ ਬਦਨਾਮ ਕਰਨਾ ਚਾਹੁੰਦੇ ਜਦ ਬਦਨਾਮ ਹੋ ਗਏ ਸਾਡੀ ਵੋਟ ਕਿੰਨੀ ਕ ਹਿੰਦੂ ਕਮਿਊਨਿਟੀ ਬੈਠੀ ਹੈ ਕ੍ਰਿਸ਼ਚਨ ਕਮਿਊਨਿਟੀ ਬੈਠੀ ਹੈ ਇਸਲਾਮ ਬੈਠੇ ਹੈ ਠੀਕ ਹੈ ਉਹ ਸਾਰੀ ਵੋਟ ਉਹ ਨਾ ਮਲ ਜਾਂਦੀ ਹੈ ਇਹਨਾਂ ਰਾਹੀਂ ਕਰਵਾ ਰਹੇ ਨੇ ਇਹਨਾਂ ਨੂੰ ਨਾ ਹੁਣ ਮਾਨ ਕੇ ਤੇ ਜਿੱਤਣ ਵਾਸਤੇ ਲੜਦਾ ਹੁੰਦਾ ਇਹ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਹੋ ਗਈ ਉਧਰ ਦੀਪ ਸਿੱਧੂ ਦੀ ਹੋ ਗਈ ਤਾਂ ਜਿੱਤ ਗਿਆ ਕਿਤੇ ਉਹ ਹੁਣ ਤਾਂ ਫੰਡਿੰਗ ਤੱਕ ਮਤਲਬ ਹੁੰਦਾ ਜਿੱਤੇ ਹਾਰੇ ਪਰ ਉਹਦਾ ਕਹਿਣਾ ਸੀ ਕਿ ਪਾਰਲੀਮੈਂਟ ਚ ਮੈਂ ਜਾਊਂਗਾ ਨਾ ਤੇ ਫੇਰ ਹੀ ਸਿੱਖ ਮਸਲਿਆਂ ਦਾ ਹੱਲ ਹੋਣਾ ਤੇ ਤੁਸੀਂ ਕਹਿ ਰਹੇ ਹੋ ਵੀ ਉਹ ਸਿੱਖਾਂ ਲੜਾ ਰਹੇ ਨੇ ਅਸੀਂ ਪਾਰਲੀਮੈਂਟ ਵਿੱਚ ਦੋ ਵਾਰੀ ਪਹਿਲਾਂ ਜਾਇਆ ਜੀ ਉਹ ਇੱਕ ਵਾਰੀ ਤਾਂ ਕਿਰਪਾਨ ਦਾ ਮਸਲਾ ਲੈ ਕੇ ਬਗੇ ਚਲੋ ਤਾ ਉਹ ਤਾ ਉਹ ਜਾ ਨਹੀਂ ਸਕਿਆ ਉਹਦੇ ਪੱਲੇ ਕੱਖ ਨਹੀਂ ਸੀ ਉਦੋਂ ਬਾਅਦ ਵੀ ਆਪੇ ਭੇਜਿਆ ਜੇ ਉਦੋਂ ਬਾਅਦ ਭੇਜਿਆ ਹੁਣ ਤੀਜੀ ਵਾਰ ਗਿਆ ਉਦੋਂ ਕਿੰਨਾ ਕੋਈ ਨਹੀਂ ਮਸਲੇ ਦਾ ਹੱਲ ਕਰਤਾ ਠੀਕ ਹੈ ਬੰਦੀ ਸਿੰਘ ਸਾਡੇ ਅੰਦਰ ਬੈਠੇ ਆ ਉਹਨਾਂ ਲਈ ਇਹ ਲੜਾਈ ਲੜਦੇ ਨੇ ਗੁਰੂ ਸਾਹਿਬ ਦੀ ਬੇਅਦਬੀ ਲਈ ਲੜਾਈ ਲੜਦੇ ਨੇ ਜਿੱਥੇ ਬਰਗਾੜੀ ਮੋਰਚਾ ਲੱਗਿਆ ਉੱਥੇ ਪਹਿਲਾਂ ਵੀ ਰੌਲਾ ਪੈਂਦਾ ਸੀ ਆ ਦਾਦੂਵਾਲ 2 ਲੱਖ ਲੈ ਕੇ ਭੱਜ ਗਿਆ ਤੇ ਧਿਆਨ ਸਿੰਘ ਮੰਡ ਪੈ ਲੈ ਕੇ ਭੱਜ ਗਿਆ ਸਿਮਰਿਤ ਮਾਨ ਲੈ ਕੇ ਭੱਜ ਗਿਆ ਹੁਣ ਵੀ ਉੱਥੇ ਇਹੀ ਇਹੀ ਰੌਲਾ ਨਾ ਚੱਲਦਾ ਇਹਨਾਂ ਨੂੰ ਨਾ ਕੌਮ ਤੱਕ ਨਾ ਬੰਦੀ ਸਿੰਘਾਂ ਤੱਕ ਕੋਈ ਮਤਲਬ ਨਹੀਂ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਜਿਹੜੇ ਬੰਦੇ ਹੀਰੋ ਬਣੇ ਬੈਠੇ ਨੇ ਨਾ ਜੇਲਾਂ ਦੇ ਵਿੱਚ ਸਾਡੇ ਬੰਦੀ ਸਿੰਘ ਵੀ ਜੇ ਉਹ ਬਾਹਰ ਆ ਗਏ ਸਾਡੇ ਹੱਥ ਪੱਲੇ ਕੁਝ ਨਹੀਂ ਹੈਗਾ ਅੰਦਰ ਖਾਤੇ ਬਾਹਰ ਲਿਆਉਣਾ ਚਾਹੁੰਦੇ ਤਾਂ ਲੋਕਾਂ ਰਹੀ ਨਾਟਕ ਕਰਦੇ ਹੁੰਦੇ ਪੈਸਾ ਇਕੱਠਾ ਕਰਨ ਮੱਦੇ ਲੋਕਾਂ ਨੂੰ ਠੰਡੇ ਕਰਨ ਵਾਲੇ ਤੇ ਇਹ 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 ਮਨਸੂਬੇ ਨੇ ਸਮਜੀਤ ਮਾਨ ਦੇ ਦੋਨਾਂ ਨੂੰ ਕੰਟਰੋਲ ਸਮਜੀਤ ਮਾਨ ਕਰ ਰਿਹਾ ਮਾਨ ਨੂੰ ਕੰਟਰੋਲ ਕਰ ਰਹੀ ਹੈ ਭਾਜਪੀ ਚੋਬੀ ਦੇ ਵਿੱਚ ਪਟਾਕਾ ਪਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਸਾਰੇ ਜਿਹੜੇ ਦਰਸ਼ਕ ਸਾਡੇ ਤੁਹਾਨੂੰ ਇਸ ਵੇਲੇ ਸੁਣ ਰਹੇ ਨੇ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਮੈਸੇਜ ਇਹ ਹੀ ਹੈ ਜੀ ਮੈਂ ਕਹਣਾ ਵੀ ਜਿਹੜਾ ਬੰਦਾ ਥੋੜਾ ਬਹੁਤਾ ਪੜ੍ਹਿਆ ਲਿਖਿਆ ਹੈ ਜਾਂ ਹੁਣ ਮੀਡੀਆ ਦਾ ਯੁੱਗ ਹੈਗਾ ਤੁਸੀਂ ਸੁਣਦੇ ਹੋ ਫੇਸਬੁੱਕ ਤੇ ਨੈਟ ਤੇ ਹਰ ਵਕਤ ਲੋਕ ਰਹਿੰਦੇ ਆ ਅਣਪੜ੍ਹ ਬੰਦੇ ਆ ਵੀ ਨੈਟ ਚਲਾ ਰਹੇ ਹਨ ਫੇਸਬੁੱਕ ਚਲਾ ਰਹੇ ਤੁਸੀਂ ਥੋੜਾ ਬਹੁਤਾ ਫੈਸਲਾ ਆਪਣੇ ਪੈਰਾਂ ਤੇ ਆਪ ਕਰੋ ਆਪ ਨਿਰਪਰ ਹੋਈਏ ਕਿਸੇ ਤੇ ਨਾ ਹੋਈਏ ਆਪਣੇ ਆਪ ਨੂੰ ਦੇਖੀਏ ਵੀ ਅਸੀਂ ਫੈਸਲਾ ਕੀ ਕਰਨਾ ਪਹਿਲਾਂ ਵੀ ਅਸੀਂ ਪਿੱਛੇ ਲੱਗੇ ਆਂ ਇਹਨਾਂ ਲੀਡਰਾਂ ਦੇ ਹੁਣ ਵੀ ਅਸੀਂ ਕਿਤੇ ਅਕਲ ਦਾ ਜਿਹੜਾ ਸ਼ੋਅ ਕਰਾਇਆ ਹਨਾ ਕਹਿ ਲਈਏ ਉਹ ਆਪ ਹੀ ਕਹਿੰਦਾ ਕੱਲ ਦੀ ਪੁੱਤ ਨਹੀਂ ਸੋਚਦ ਜਦ ਹੂੰ ਉਹਦੇ ਤੇ ਸਵਾਲ ਟੋ ਜਣ ਕੇ ਉਹ ਕਹਾਵਤ ਪੂਰੀ ਢੁਕਦੀ ਆ ਕੱਲ ਹੀ ਆਇਆ ਹਜੇ ਉਹ ਮਹੀਨਾ ਵੀ ਨਹੀਂ ਹੋਇਆ ਉਹ ਕਿਸੇ ਨੂੰ ਕਹਿੰਦਾ ਨਾ ਕੱਲ ਦੀ ਪੁੱਤ ਨਹੀਂ ਸੋਚਦ ਅਸੀਂ ਉਹਦੇ ਪਿੱਛੇ ਲੱਗ ਕੇ ਕਿਤੇ ਆਪਣੇ ਪੰਜਾਬ ਦਾ ਬੇੜਾ ਗਰਕਣਾ ਕਰ ਲੀਏ ਇਹ 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 ਮੈਸੇਜ ਦੇਣਾ ਚਾਹੁੰਨਾ ਵੀ ਥੋੜਾ ਜਨਾ ਤੁਹਾਡੇ ਹਲਕੇ ਦਾ ਜਿਹੜਾ ਵੀ ਸ਼੍ਰੋਮਣੀ ਕਮੇਟੀ ਦਾ ਕੋਈ ਲੀ ਜਾ ਕੋਈ ਵਿਧਾਨ ਸਭਾ ਦਾ ਕੋਈ ਲੀਡਰ ਹੁੰਦਾ ਤੁਸੀਂ ਜਰ ਉਹ ਲੀਡਰ ਦੇਖ ਲੋ ਵੀ ਸਾਡੇ ਇਹ ਬੰਦੇ ਵਿੱਚ ਇਹਦਾ ਕਰਤਾਰ ਕਿਦਾਂ ਦਾ ਪੜੇ ਲਿਖਾ ਹੈਗਾ ਕੋਈ ਲੋਕਾਂ ਲਈ ਕੁਝ ਕੀਤਾ ਇਹਦੀ ਕਿਸੇ ਕੌਮ ਨੂੰ ਜਾਂ ਸਮਾਜ ਨੂੰ ਕੋਈ ਦੇਣ ਹੈਗੇ ਆ ਉਹਦੇ ਪਿੱਛੇ ਲੱਗ ਜਾਓ ਆਮ ਬੰਦੇ ਪਿੱਛੇ ਕਿਉਂ ਲੱਗਦੇ ਹੋ ਸਾਡਾ ਬੇੜਾਗਰ ਕਾ ਹੋਣਾ 92 ਐਮ ਐਲ ਏ ਹੈਗੇ ਆ ਨਾ ਜੀ ਇਹਨਾਂ ਨੇ ਹਰ ਹੈਲਪਲਾਈਨ ਨੰਬਰ ਵੀ ਦਿੱਤਾ ਸਾਨੂੰ ਵੀਡੀਓ ਭੇਜੋ ਸ਼ਿਕਾਇਤ ਕਰੋ ਮੈਂ 15 ਵੀ ਵੀਡੀਓ ਮੈਂ ਪਾਈਆਂ ਹੋਈਆਂ ਕੋਈ ਜਵਾਬ ਨਹੀਂ ਆਇਆ ਠੀਕ ਹੈ ਸ਼ਰਿਆਂ ਵਿੱਚ ਚਿੱਟਾ ਵਿਕ ਰਿਹਾ ਭਗਵੰਤ ਮਾਨ ਕਹਿੰਦਾ ਸੀ ਠੀਕ ਹੈ ਭਗਵੰਤ ਮਾਨ ਕਹਿੰਦਾ ਸੀ ਨਾ ਸਾਨੂੰ ਵੀਡੀਓ ਭੇਜ ਦਿਓ ਅਸੀਂ ਕਾਰਵਾਈ ਕਰਾਂਗੇ ਕਿੱਥੇ ਕਰਤੀ ਦੀ ਇੱਕ ਐਮਐਲਏ ਕੋਲੇ ਬੰਦਾ ਪੂੜੀ ਲੈ ਕੇ ਭੱਜ ਜਾਂਦਾ ਸਮੈਕ ਦੀ ਉਹ ਐਮਐਲਏ ਸਿੱਧਾ ਕਹਿ ਰਿਹਾ ਕਹਿੰਦਾ ਪੁਲਿਸ ਮੇਰੇ ਅੱਖਾਂ ਹੀ ਨਹੀਂ ਲੱਗਦੀ ਤੁਸੀਂ ਦੱਸੋ ਜੀ ਪੁਲਿਸ ਉਹਦੇ ਅੰਡਰ ਨਹੀਂ ਹੈਗੀ ਤੁਹਾਡੀ ਬਹੁਮਤ ਵਿੱਚ ਸਰਕਾਰ ਆ ਕੋਈ ਤੋੜ ਵੀ ਨਹੀਂ ਸਕਦਾ ਕਿਉਂ ਨਹੀਂ ਪੁਲਿਸ ਤੁਹਾਡੇ ਅੱਖੇ ਲੱਗਦੀ ਜਿਵੇਂ ਕਿ ਲੋਕਾਂ ਨੂੰ ਬੇਕੂ ਪਹਿਲਾਂ ਬਣਾਤਾ ਜੀ ਹੁਣ ਫੇਰ ਬਣਾ ਰਹੇ ਆ ਤੇ ਇਹ ਕਹਿੰਦੇ ਸੀ ਵੀ ਅਸੀਂ ਆਮ ਬੰਦੇ ਆ ਅਸੀਂ ਵੀ ਆਈਪੀ ਨਹੀਂ ਆ ਅਸੀਂ ਤੇ ਵੀ ਆਈਪੀ ਕਲਚਰ ਜਿਹੜਾ ਉਹ ਵੀ ਪੰਜਾਬ ਚੋਂ ਖਤਮ ਕਰ ਦੇਣਾ ਪਰ ਕੈਪਟਨ ਕੋਲ ਤੇ ਬਾਦਲ ਕੋਲ 33 ਗੱਡੀਆਂ ਹੁੰਦੀਆਂ ਸੀ ਕਾਫਲੇ 'ਚ ਤੇ ਭਗਵੰਤ ਮਾਨ 42 ਲਈ ਫਿਰਦਾ ਮੈਂ ਕਹਿੰਦਾ ਜੀ ਉਹਦੀਆਂ ਗੱਡੀਆਂ ਪਾਸੇ ਕਰ ਦਿਓ ਉਹਦੀ ਸਿਸਟਰ ਕੀ ਹੈ ਜੀ ਕੋਈ ਉਹਦਾ ਉਹਦੇ ਕੋਲੇ ਉਹਦੇ ਕੋਲੇ 15-20 ਗੱਡੀਆਂ ਉਹਦੇ ਕੋਲ ਹੁੰਦੀਆਂ ਉਹਦੀ ਮਾਂ ਕੋਲੇ ਕੀ ਉਹਦਾ ਜੀ ਸਤਿ ਮੈਂ ਵੀ ਮਾਂ ਕਹਿ ਦਿੰਨਾ ਮੇਰੀ ਵੀ ਮਾਂ ਹੀ ਲੱਗਦੀ ਹੈ ਉਹਦੇ ਕੋਲ ਕੀ ਉਹਦਾ ਜੀ 15 ਗੱਡੀਆਂ ਉਹਦੇ ਕੋਲ ਹੁੰਦੀਆਂ ਠੀਕ ਹੈ ਇਹ ਤਾਂ ਬੰਦੇ ਗੁਰਦੁਆਰੇ ਵਿੱਚ ਵੀ ਜਦੋਂ ਜਾਂਦੇ ਆ ਸਿਕਿਉਰਟੀ ਲੈ ਕੇ ਜਾਂਦੇ ਆ ਪਰ ਤੁਸੀਂ ਆਂ ਦੱਸੋ ਇੱਕ ਵਾਰੀ ਮੱਥਾ ਟੇਕਿਆ ਤੁਸੀਂ ਬਾਰੀ ਬਾਰੀ ਉੱਥੇ ਮੇਲਾ ਲੱਗਿਆ ਹੋਇਆ ਆ ਹੁਣ ਇੱਕ ਪੋਸਟ ਪਾਈ ਜੀ ਸੈਸ਼ ਪਰ ਟਾ ਗਿਆ ਦਰਵਾਸਾ ਉਹਦੇ ਉੱਪਰ ਫੋਟੋ ਲਾਤੀ ਇਹਨਾਂ ਨੂੰ ਤਾਂ ਇਹਨਾਂ ਤੋਂ ਅਸੀਂ ਇਨਸਾਫ਼ ਦਾ ਦਾ ਹੱਕ ਮੰਗਨੇ ਵੀ ਸਾਨੂੰ ਇਨਸਾਫ਼ ਦੇਣਗੇ ਵੀਆਈਪੀ ਜਿਹੜਾ ਕਲਚਰ ਸੀ ਉਹ ਖਤਮ ਨਹੀਂ ਹੋਇਆ ਜੀ ਹੋਰ ਵੱਧ ਗਿਆ ਇਹ ਤਾਂ ਜਿਹੜੇ ਬੰਦੇ ਨਾਲ ਉਹ ਸਕਿਉਰਟੀ ਖੋਈ ਸੀ ਦੂਜੇ ਐਪੀ ਦੇ ਨਾਲ ਇੱਕ ਹੋਰ ਵੀ ਲੱਗ ਗਿਆ 20 20 ਆਪ ਬੀਬੀ ਬੀਬੀ ਆ ਬਿਲਕੁਲ ਸਹੀ ਗੱਲ ਹੈ ਠੀਕ ਹੈ ਹੋਰ ਲੱਗ ਗਿਆ ਹੁਣ ਜਿਹੜੀ ਸਕਿਉਰਟੀ ਖੋਈ ਸੀ ਉਹ ਆਪ ਲੈ ਲਈ ਹੁਣ ਚੱਡਾ ਦਿੱਲੀ ਤੋਂ ਚੱਲ ਕੇ ਆਇਆ ਕੇਜਰੀਵਾਲ ਦਾ ਘਟ ਘਟ 100 ਬੰਦਾ ਇੱਥੇ ਸਕਿਉਰਟੀ ਦਾ ਪੰਜਾਬ ਤੋਂ ਲਾਇਆ ਹੋਇਆ ਚੱਡੇ ਨੂੰ ਦਿੱਤਾ ਹੈ 100 150 ਬੰਦਾ ਤੇ ਉਹ ਉਹ ਕੀ ਹੈ ਜੀ ਉਹ بی اے بی ਕਲਚਰ ਨਹੀਂ ਹੈਗਾ ਉਹ ਖਤਮ ਨਹੀਂ ਕੀਤਾ ਹੋਰ ਵਧਾ ਦਿੱਤਾ ਇਹ ਤਾਂ ਨਾ ਮੈਂ ਕਹਿੰਦਾ ਇਹ ਬਾਦਲ ਵਰਗੇ ਜਾਂ ਕੈਪਟਨ ਵਰਗੇ ਦੇ ਛੋਟੇ ਕੱਪ ਮਾਰਦੇ ਸੀ ਤਾਂ ਵੱਡੇ ਮਾਰਨ ਆ ਗਿਆ ਜਨਮੇ ਤੋਂ ਕੰਪਨੀ ਆਉਣੀਆਂ ਜੀ ਠੀਕ ਹੈ ਅਸੀਂ ਜਿਹੜਾ ਬੇਰਕਾਰ ਸੀ ਯੂਨੀਵਰਸਿਟੀ 44 ਪਤਾ ਨਹੀਂ ਕੀ ਕੁਝ ਬੋਲੀਂਦਾ ਸੀ ਉਹ ਕਰਦੇ ਆਂਗੇ ਠੀਕ ਹੈ ਤੁਹਾਨੂੰ ਕੈਨੇਡਾ ਜਾਣ ਦੀ ਲੋੜ ਨਹੀਂ ਪੈਣੀ ਫਰੀਜ਼ ਕੋਡ ਦੀ ਜਿਹੜੀ ਚੇਰੀ ਹੈ ਲੀਚੀ ਕਹਿੰਦੇ ਮਿੱਠੀ ਹੈ ਉਹ ਨਾ ਅਸੀਂ ਕੈਨੇਡਾ ਪ੍ਰੋਡਕਟ ਭੇਜਿਆ ਕਰਾਂਗੇ ਇਹ ਜਗ੍ਹਾ ਮਰ ਜਾਂਦਾ ਤਾਂ ਬੰਦਾ ਹੂੰ ਠੀਕ ਹੈ ਉਹਨੇ ਓਡੇ ਵੱਡੇ ਗੱਪ ਤਾਂ ਉਹਨਾਂ ਨੇ ਵੀ ਨਹੀਂ ਮਾਰ ਹੁਣ ਜਿਹੜੇ ਮਾਰੀ ਜਾਂਦਾ ਅੱਛਾ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਹੁਣ ਗੱਲ ਜਰਾ ਕੋ ਉਹਨਾਂ ਦੀ ਕਰ ਲਈਏ ਜਿੰਨਾਂ ਕੋ ਤੇ ਨਹੀਂ ਸੀਟਾਂ ਨੇ 5000 ਬੰਦਿਆਂ ਦਾ ਕਟ ਸੀ ਸੁਖਵੀਰ ਸਿੰਘ ਬਾਦਲ ਬੋਲ ਰਿਹਾ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਤੁਹਾਡੇ ਪੈਰ ਤੇ ਜੁੱਤੀ ਨਿਕਲ ਗਈ ਤੇ ਸੁਖਵੀਰ ਸਿੰਘ ਬਾਦਲ ਵੱਲ ਵੱਜ ਗਈ ਕਾ ਦਾ ਗੁੱਸਾ ਆ ਗਿਆ ਸੀ ਇਹਨਾਂ ਦੇਖੋ ਮੈਂ ਇੱਕ ਐਜ ਸਿੱਖ ਹੋਣ ਦੇ ਨਾਤੇ ਪ੍ਰਚਾਰਕ ਹੋਣ ਦੇ ਨਾਤੇ ਮੇਰੇ ਮਨ ਵਿੱਚ ਜਾਂ ਦਿਲ ਵਿੱਚ ਦਰਦ ਹੈਗਾ ਸੀ ਹੁਣ ਵੀ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਰਾਜ ਵਿੱਚ ਹੋਈ ਜੀ ਗੋਲੀ ਚ ਲਾਉਣ ਦੇ ਆਰਡਰ ਗ੍ਰਹਿ ਮੰਤਰੀ ਸੁਖਵੀਰ ਠੀਕ ਹੈ ਫਿਰ ਕਹਿੰਦਾ ਜੀ ਮੈਂ ਤਾਂ ਸਾਊਥ ਅਫਰੀਕਾ ਸੀਗਾ ਸਿਟ ਦੇ ਸਾਹਮਣੇ ਪੇਸ਼ ਹੋਇਆ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਕਿਹਾ ਸਿਟ ਦੇ ਸਾਹਮਣੇ ਪੇਸ਼ ਹੋ ਕੇ ਇੱਕ ਨਾਟਕਬਾਜ਼ੀ ਹੈ ਜਿੰਨੇ ਜਿੰਨੇ ਮੋਦੀ ਬੈਠੇ ਉਹਨਾਂ ਚਿਰ ਬਾਲਬਿੰਗਾ ਨਹੀਂ ਹੁੰਦਾ ਹੋ ਸਕਦਾ ਅੰਦਰ ਖਾਤੇ ਜਿਹੜਾ 9 ਮਾਸ ਦਾ ਰਿੱਤਾ ਸੀ ਉਹ ਟੁੱਟਿਆ ਨਹੀਂ ਹਾਲੇ ਤੇ ਉਹ ਜਿਹੜਾ ਤੋੜਤਾ ਸੀ ਦਸੰਬਰ ਦੇ ਵਿੱਚ ਉਹ ਤਾਂ ਉਹ ਤਾਂ ਲੋਕਾਂ ਲਈ ਤੋੜਿਆ ਸੀਗਾ ਲੋਕਾਂ ਨੇ ਤੋੜ ਹੋ ਸਕਦਾ ਵੀ ਸਾਡੇ ਹੱਥ ਪੱਲੇ ਕੁਝ ਲੱਗ ਜੇ ਕਿਉਂਕਿ ਬੀਜੇਪੀ ਉਦੋਂ ਅੰਦੋਲਨ ਕਰਕੇ ਬਦਨਾਮ ਸੀ ਤਾਂ ਪਾਸੇ ਹੋਏ ਸੀ ਅੰਦਰ ਖਾਤੇ ਉਹੀ ਚੱਲੇ ਮਨਜੀਠੀ ਨੂੰ ਜ਼ਬਾਨ ਤੇ ਮਿਲ ਗਈ ਕਿੱਦ ਜਿਹੜਾ ਬੰਦਾ ਹਜ਼ਾਰ ਕਰੋੜ ਦਾ ਡਰੱਗ ਦਾ ਧੰਦਾ ਕਰਕੇ ਹਨਾ ਜੇਲ੍ਹ ਗਿਆ ਗਿਆ ਸੀਗਾ ਸਬੂਤ ਪੈਨੇ ਭੋਲਾ ਅੰਦਰ ਬੈਠਾ ੜੀ ਇਸ ਪਰ ਮਜੀਠੀ ਦਾ ਕੌਨਫੀਡੈਂਸ ਨਹੀਂ ਦੇਖਿਆ ਕਦੀ ਉਹਨੂੰ ਫਿਕਰ ਨਹੀਂ ਕੋਈ ਨਹੀਂ ਨਹੀਂ ਕੌਨਫੀਡੈਂਸ ਤਾਂ ਹੁੰਦਾ ਹੀ ਜਦੋਂ ਉਹ ਸਿਰ ਤੇ ਬੈਠਾ ਜੀ ਬੰਦਾ ਮੋਦੀ ਬੈਠਾ ਰਾਸ਼ਟਰਪਤੀ ਉਹਨਾਂ ਦਾ ਹੁਣ ਹੁਣ ਕੋਰਟ ਹੋਵੇ ਸ਼੍ਰੀ ਕੋਰਟ ਹੋਵੇ ਹਾਈ ਕੋਰਟ ਹੋਵੇ ਉਹ ਰਾਸ਼ਟਰਪਤੀ ਅੰਦਰ ਹੀ ਹੁੰਦਾ ਜੀ ਇੱਕ ਫੋਨ ਵੱਜਿਆ ਜਵੰਦ ਹੋ ਗਈ ਕਿਹੜੀ ਖਜਗਾ ਦਾ ਠੀਕ ਹੈ ਨਾ ਗੱਲ ਕੌਨਫੀਡੈਂਸ ਇਹ ਹੀ ਸੀ ਨਾ ਜਦੋਂ ਉਹਨਾਂ ਕੋਲੇ ਪਾਵਰ ਹਲੇ ਹੈਗੀ ਆ ਜਦ ਜਦ ਮੋਦੀ ਬੈਠਾ ਉਹ ਪਾਵਰ ਜਾਂਦੀ ਨਹੀਂ ਜਿੱਦ ਕਿਤੇ ਮੋਦੀ ਚਲਾ ਗਿਆ ਸ਼ਾਇਦ ਕੋਈ ਡੰਡੇ ਵਾਲ ਆ ਜੇ ਫਿਰ ਹੋਰ ਤਾਂ ਹੀ ਸੁਖਬੀਰ ਨਿਕਲ ਕੇ ਨਾ ਸਿੱਟ ਨਾਲ ਗੱਲਬਾਤ ਕਰਕੇ ਬਾਹਰ ਨਿਕਲ ਕੇ ਕਹਿੰਦਾ ਜਿੰਨੂੰ ਜਿਹੜਾ ਸੱਚਾ ਹੋਵੇ ਨਾ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਖੋਰੀ ਆਹੀ ਹੌਸਲਾ ਬਿਲਕੁਲ ਬਿਲਕੁਲ ਜਿਹੜੇ ਬੰਦੇ ਨੂੰ ਡਰ ਨਹੀਂ ਬੰਦਾ ਉਹ ਕਹੂਗਾ ਠੀਕ ਹੈ ਉਹਨੂੰ ਪਤਾ ਹੈ ਵੀ ਜਦੋਂ ਸੈਨ ਹੋਣਾ ਉੱਪਰੋਂ ਹੋਣਾ ਹਮ ਥੱਲੇ ਤਾਂ ਹੋਣੇ ਨਹੀਂਗੇ ਉੱਪਰਲੇ ਸਾਡੇ ਹਾਂ ਉੱਪਰ ਉੱਪਰ ਉੱਪਰੋਂ ਹੋਣੇ ਆ ਤੇ ਥੱਲੇ ਤਾਂ ਇੱਥੇ ਇੱਥੇ ਭਵੰਤਮਾਨ ਕਰ ਤੁਹਾਨੂੰ ਅੰਤਮਾਨ ਵੀ ਉਹਨਾਂ ਦੀ ਕਟਪੁਤਲੀ ਹੈ ਜੀ ਬੀਜੇਪੀ ਦੀ ਜਿਹੜੀ ਇਹ ਬੀ ਟੀਵੀ ਹੈ ਇਹ ਹੁਣ ਬੀਜੇਪੀ ਕੀ ਕਰ ਰਹੀ ਹੈ ਅਗਨੀ ਪਦ ਯੋਜਨਾ ਕੌਣ ਲੈ ਕੇ ਆਇਆ ਬੀਜੇਪੀ ਲੈ ਕੇ ਆਈ ਹੈ ਵਿਰੋਧ ਕੀ ਤੋਂ ਕਰਾ ਰਹੇ ਨੇ ਕੇਜਰੀਵਾਲ ਤੋਂ ਕਰਾ ਰਹੇ ਨੇ ਉਹਨੂੰ ਪਤਾ ਹੈ ਮੇਂ ਜਿਹੜਾ ਬੋਰਡ ਬੈਂਕ ਹੈਗਾ ਨਾ ਉਹ ਸਾਡੇ ਹੱਥੋਂ ਜੇ ਜਾਊਗਾ ਸੀ ਕੇਜਰੀਵਾਲ ਨੂੰ ਦੇਣਾ ਤੇ ਵਾਪਸ ਉਥੇ ਆਈਏ ਸੁਬੀਰ ਸਿੰਘ ਬਾਦਲ ਵਾਲੀ ਗੱਲ ਤੇ ਮੈਨੂੰ ਆਨਸਰ ਮਿਲਿਆ ਨਹੀਂ ਵੀ ਤੁਸੀਂ ਕੱਢ ਕੇ ਪੈਰ 'ਚ ਜੁੱਤੀ ਉਹਦੇ ਮਾਰਤੀ ਤੇ ਗੁੱਸਾ ਬਸ ਬੇਅਦਬੀ ਦਾ ਹੀ ਸੀਗਾ ਕਿ ਜਾਂ ਉਹਦਾ ਕੰਟਰੋਲ ਨਹੀਂ ਹੋਇਆ ਉਸ ਵੇਲੇ ਨਹੀਂ ਬੇਅਦਬੀ ਦਾ ਗੁੱਸਾ ਤਾਂ ਹੱਜ ਵੀ ਰਹੂਗਾ ਜੀ ਉਥੇ ਇੱਕ ਨਾ ਥੋੜਾ ਜਿਹਾ ਹੋਰ ਇਸ਼ੂ ਮੇਰੇ ਦਿਮਾਗ ਵਿੱਚ ਵੜ ਗਿਆ ਉਹ ਸਾਹਮਣੇ ਕਰੀ ਜਾਵੇ ਕਹਿੰਦਾ ਜੀ 4000 ਕਰੋੜ ਰੁਪਇਆ ਅਸੀਂ ਅੰਮ੍ਰਿਤਸਰ ਸ਼ਹਿਰ ਤੇ ਲਾਤਾ ਮੈਂ ਹਨਾ ਉੱਥੇ ਜਾ ਕੇ ਦੇਖਿਆ ਸੀ ਬਰੇਜ ਬੰਦ ਪਏ ਸੀ ਸਾਡੇ ਸ਼ਮਨੀ ਕਮੇਟੀ ਵਿੱਚ ਵੀ ਇਹ ਤੁਸੀਂ ਕਹਿ ਲਓ ਉੱਥੇ ਜਦੋਂ ਤੁਸੀਂ ਟੋਲ ਨਾਮ ਜਾਣੇ ਹੋ ਟੋਲ ਜੀ ਬਗਲ ਜਾਣੇ ਉੱਥੇ ਵੀ ਲਹਿਣ ਲੱਗੀ ਹੁੰਦੀ ਆ ਕੁਝ ਨਹੀਂ ਕਰ ਸਕਿਆ ਉਹ ਬੰਦੇ ਸਾਡੇ 4000 ਕਰੋੜ ਰੁਪਏ ਕਿ ਥੋੜਾ ਹੁੰਦਾ ਜੀ ਇੱਕ ਝੂਠ ਮਾਰ ਦਿੱਤਾ ਮੰਜੀਠਿਆ ਵੀ ਇੱਥੇ ਕੋਲੇ ਸੀ ਮਲਟੋਹਾ ਵੀ ਕੋਲੇ ਸੀ ਠੀਕ ਹੈ ਇਹ ਸਵੀਰ ਬੋਲ ਰਿਹਾ ਸੀ ਉੱਥੇ ਮੈਂ ਕੱਲੇ ਜੁੱਤੇ ਹੀ ਨਹੀਂ ਛੁੱਟੇ ਉੱਥੇ ਮੈਂ 2-3 ਮਿੰਟ ਬੋਲਿਆ ਮੈਂ ਉਹਦੇ ਵਿੱਚ ਮੈਂ ਉਹਨੂੰ ਸ਼ਰਿਆਮ ਕਿਹਾ ਯਾਰ ਕਿਉਂ ਝੂਠ ਬੋਲੀ ਜਾਂਦਾ ਤੈਨੂੰ ਸ਼ਰਮ ਹੈ ਕੋਈ ਮੈਂ ਕਿਹਾ ਪਹਿਲਾਂ ਤੇਰਾ ਪਿਓ ਬੋਲਦਾ ਸੀ ਮੈਂ ਕਿਹਾ ਹਣ ਤੂੰ ਬੋਲੀ ਗਿਆ ਫਿਰ ਜਦੋਂ ਹਲਚਲ ਹੋ ਗਈ ਹਨਾ ਮੈਂ ਜੁੱਤੀ ਦੇ ਬਾਅਦ ਵਿੱਚ ਮਾਰੀ ਹੈ ਮਾਰਦਾ ਮੈਂ ਮੂੰਹ ਤੇ ਸ਼ਰਦਾ ਸੀ ਕਿਹਾ ਉੱਥੇ ਇੱਕ ਤਾਂ ਸਰੋਪੇ ਰੱਖੀ ਬੈਠੀ ਸੀ ਬਹੁਤ ਜ਼ਿਆਦਾ ਇਹ ਕਰਪਾਨਾ ਰੱਖੀ ਬੈਠੀ ਸੀ ਉਹ ਬੇਦਵੀ ਸੀ ਉੱਥੇ ਕੁਝ ਲੇਡੀਜ਼ ਖੜੀਆਂ ਸੀ ਸਟੇ ਦੇ ਉੱਪਰ ਔਰਤ ਦੇ ਜੇ ਕਿਤੇ ਜੁੱਤੀ ਪਾਜਣ ਦੀ ਤਾਂ ਫਿਰ ਮੈਨੂੰ ਵੀ ਥੋੜ ਰਹਿ ਗਏ ਤੇ ਨਾ ਸੀਟਾਂ ਜੋ ਗਏ ਕਾਰਨ ਕੀ ਮੰਦੇ ਹੋ ਕਾਰਨ ਤਾਂ ਜੀ ਇਕ ਤਾਂ ਗੁਰੂ ਗ੍ਰੰਥ ਸਾਹਿਬ ਜਿਹੜੀ ਬਿਆਦਵੀ ਹੈ ਉਹ ਬਹੁਤ ਵੱਡਾ ਮੁੱਦਾ ਸੀ ਉਹ ਤਕਰੀਬਨ ਕੱਲੇ ਸਿੱਖਾਂ ਦੇ ਨਹੀਂ ਜਿਹੜੇ ਪੰਜਾਬ ਵਿੱਚ ਲੋਕ ਵਾਦੇ ਉਹਨਾਂ ਦੇ ਮਨ ਵਿੱਚ ਵੀ ਰੋਸ ਹੈਗਾ ਦੇਖੋ ਹੁਣ ਤੁਸੀਂ ਦਰਬਾਰ ਸਾਹਿਬ ਕੱਲੇ ਸਿੱਖ ਥੋੜੀ ਜਾਂਦੇ ਆ ਜੀ ਹਿੰਦੂ ਵੀ ਜਾਂਦੇ ਆ ਮੁਸਲਮਾਨ ਵੀ ਜਾਂਦੇ ਆ ਸਾਰੇ ਜਾਂਦੇ ਆ ਠੀਕ ਹੈ ਸਾਰਿਆਂ ਨੂੰ ਰੋਸ ਸੀਗਾ ਫਿਰ ਘਟ-ਘਟ 400 ਸਰੂਪ ਇਹਨਾਂ ਨੇ ਜਿਹੜਾ ਗਾਇਬ ਕੀਤਾ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੀਤਾ ਉਹ ਮੁਲਾਜ਼ਮ ਮੰਨੇ ਹੋਏ ਆ ਵੀ ਸਾਡੇ ਕੋਲੋਂ ਇਹਨਾਂ ਨੇ ਸਰੂਪ ਕਿਹਾ ਸੀ ਅਸੀਂ ਸਰੂਪ ਭੇਜਿਆ ਉਹ ਸਰੂਪ ਕਿੱਥੇ ਗਏ ਨੇ ਕੁਝ ਨਹੀਂ ਦੱਸਿਆ ਹੁਣ ਜਿਹੜੇ ਬਿਆਦਵੀ ਜਿਹਨਾਂ ਨੇ ਕੀਤੀ ਆ ਉਹਨਾਂ ਨੇ ਇਥੋਂ ਸਰੂਪ ਚੱਕਾਂਗੇ ਉੱਥੇ ਜਾ ਕੇ ਅਸੀਂ ਪੱਤਰੀ ਖਿਲਾ ਰਾਂਗੇ ਇਹ ਗੱਲ ਕਹੀ ਸੀ ਨਾ ਹੁਣ ਉਹਨਾਂ ਨੂੰ ਉਹ ਚੱਕਣ ਦੀ ਵੀ ਲੋੜ ਨਹੀਂ ਵੀ ਉਹਨਾਂ ਨੇ ਸਰੂਪ ਖਰੀਦ ਹੀ ਲਏ ਹੂੰ ਉਹ ਤਾਂ ਬਾਣੀ ਵੀ ਵਿਅਦਵੀ ਕਰਨੀ ਸੀ ਉਹਨਾਂ ਨੇ ਅੰਗਾਂ ਦੀ ਕਰਨੀ ਸੀ ਉਹਨੇ ਖਰੀਦ ਕੇ ਕਰ ਦਿੱਤੀ ਠੀਕ ਆ ਉਸ ਰੂਪ ਕਿੱਥੇ ਨੇ ਜਾਨੀ ਕਿ ਇਹਨਾਂ ਦੇ ਰਾਜ ਵਿੱਚ ਸਭ ਕੁਝ ਹੋਇਆ ਇਹ ਤਾਂ ਤੁਸੀਂ ਇਹ ਕਹਿ ਲਓ ਮੈਂ ਪਹਿਲਾਂ ਵੀ ਦੋ ਤਿੰਨ ਇੰਟਰਵਿਊ ਚ ਕਿਹਾ ਜੇ ਸ਼ਰਵੀਰ ਤੁਸੀਂ ਪਾਸੇ ਕਰਦੇ ਹੋ ਕੱਲ੍ਹ ਨੂੰ ਥੋੜਾ ਬਤ ਪੱਲਾ ਹੋ ਜੂ ਬਚ ਸਕਦਾ ਜੇ ਹੁਣ ਤਾਂ ਇਹ ਕਹਿੰਦੇ ਚੌਥੀ ਵਾਰ ਫੇਰ ਉਹਨੂੰ ਪ੍ਰਧਾਨ ਮੰਤਰੀ ਬਤੀ ਤੱਕ ਰਹੂ ਕਹਿੰਦੇ ਠੀਕ ਹੈ ਪਹਿਲਾਂ ਤੁਸੀਂ ਝੂਠੇ ਇਹ ਦੇਖੋ ਉਹ ਕਹਿੰਦਾ ਵੀ ਇਹ ਸ਼ੌਣ ਕਿਹਨੇ ਜਿਹੜਾ ਪ੍ਰਧਾਨ ਆ ਇੱਕ ਵਾਰੀ ਬਣੂਗਾ ਸ਼ਰਵੀਰ ਜੀ ਚੌਥੀ ਵਾਰ ਬਣਿਆ ਸੈਕੰਡ ਪ੍ਰਧਾਨ ਮੰਤਰੀ ਚੋ ਵਿੱਚ ਹੋ ਸਕਦਾ ਹੈ ਬੀਜੇਪੀ ਦੀ ਇੱਕ ਠੀਕ ਹੈ ਨਾ ਇਹ ਤਾਂ ਬੀ ਟੀਮ ਇਹਨਾਂ ਦੀ ਪਹਿਲੀ ਬਣੀ ਹੋਈ ਹੈ ਜੀ ਇਹਨੇ ਕੀ ਕਰਨਾ ਸੀਗਾ ਤੇ ਜਥੇਦਾਰ ਦੀ ਤੁਸੀਂ ਗੱਲ ਕਰੀ ਲੋ ਮਾੜੀ ਮੋਟੀ ਜਿਹਦਾ ਅਨੁਸ਼ਾਰ ਮ ਆਉਂਦੀ ਹੈ ਬਿਲਕੁਲ ਮੈਂ ਜਥੇਦਾਰ ਦੀ ਗੱਲ ਇੱਥੇ ਸ਼ੁਰੂ ਕਰ ਲਾਂ ਬਿਆਨ ਬੜੇ ਦਿੱਤੇ ਵੀ ਸਾਡੀਆਂ ਨਸਲਾਂ ਖਰਾਬ ਹੋ ਗਈਆਂ ਜੀ ਤਾਂ ਉਹਰੇ ਵੀ ਕਿਹਾ ਕਿ ਸਿੱਖਾਂ ਦੇ ਕੋਲ ਹਥਿਆਰ ਹੋਣਾ ਬਹੁਤ ਜ਼ਰੂਰੀ ਹੈ ਐਦਾਂ ਲੱਗਦਾ ਸੀ ਕਿ ਜਥੇਦਾਰ ਸਾਹਿਬ ਜਿਹੜੇ ਨੇ ਉਹ ਬਾਦਲਾਂ ਦੀ ਬੋਲੀ ਬੋਲ ਰਹੇ ਨੇ ਫਿਰ ਅਚਾਨਕ ਖਬਰ ਆਉਂਦੀ ਵੀ ਉਹਨਾਂ ਨੂੰ ਕੁੱਟਣ ਹੋਣ ਲੱਗ ਗਈ ਸਾਹ ਕੁੱਟਣ ਲੱਗ ਗਿਆ ਕੀ ਗੱਲ ਹੋ ਗਈ ਹੁਣ ਤੁਸੀਂ ਮੈਨੂੰ ਦੱਸੋ ਉਹ ਕਾਰਜਕਾਰੀ ਜ਼ਹਦਾਰ ਹੈ ਜੀ ਕਾਰਜਕਾਰੀ ਕੀ ਹੁੰਦਾ ਜੀ ਇੱਕ ਦਫਤਰ ਦੇ ਵਿੱਚ ਫਾਈਲਾਂ ਫੜਾਉਣ ਵਾਲਾ ਤੇ ਜਾਂ ਕਿਹਦਾ ਸੈਗਨੈਂਟ ਹੱਥ ਬੰਦਾ ਹੁੰਦਾ ਹੈ ਹਨਾ ਜੇ ਤੁਸੀਂ ਕਹਿ ਲਈਏ ਹਨਾ ਮੈਨੂੰ ਬਾਅਦ ਕੰਮ ਕਰਨਾ ਹਨਾ ਤੇ ਉਹ ਉਹ ਬੰਦਾ ਹੈ ਹਜੇ ਉਹ ਕੀ ਪਤਾ ਪੱਕਾ ਹੋਣ ਨੂੰ ਪਹਿਲਾਂ ਬਿਆਨ ਦੇ ਦਿੰਦੇ ਪੱਕਾ ਪੱਕਾ ਤਾਂ ਉਹਨੂੰ ਕਰਨਾ ਹੀ ਲਿਗਾ ਜੀ ਪੱਕਾ ਕਿਦਾਂ ਕਰ ਦੇਣਗੇ ਠੀਕ ਹੈ ਉਹ ਤਾਂ ਇੱਕ ਮੁਲਾਜ਼ਮ ਹੈ ਜੀ ਠੀਕ ਹੈ ਮੁਲਾਜ਼ਮ ਨੂੰ ਕੱਲ ਨੂੰ ਸਸਪੈਂਡ ਕਰ ਦੇਣਗੇ ਉਹ ਸਸਪੈਂਡ ਮੁਲਾਜ਼ਮ ਜ਼ਹਦਾਰ ਨੂੰ ਕੀਤਾ ਜਾਂਦਾ ਹੈ ਜੇ ਕਿਤੇ ਜਹਾਜ਼ ਦੇ ਕੇਸ ਪੈਂਦਾ ਨਾ ਜਾਂ ਕੋਰਟ ਦਾ ਫੈਸਲਾ ਵੀ ਤੁਸੀਂ ਜਿਹਾ ਨੂੰ ਹੱਥ ਕੜੀ ਨਹੀਂ ਲਾ ਸਕਦੇ ਇਹਨਾਂ ਸਤਕਾਰ ਦਿੱਤਾ ਹੋਇਆ ਕੋਰਟ ਵੱਲੋਂ ਵੀ ਠੀਕ ਹੈ ਉਹਨੂੰ ਸੀਵਾ ਦੇਣਾ ਪੈਂਦਾ ਪਹਿਲਾਂ ਠੀਕ ਹੈ ਰਜਾਇਨ ਕਰਨਾ ਪੈਂਦਾ ਤੇ ਉਹ ਜਥੇਦਾਰ ਹਜੇ ਪੱਕਾ ਨਹੀਂ ਹੈਗਾ ਜੀ ਉਹ ਤਾਂ ਇੱਕ ਮਲਾਜਮ ਹੈ ਠੀਕ ਹੈ ਔਰ ਬਾਦਲਾਂ ਦੀ ਕਟਪੁਤਲੀ ਹੈ ਮੈਂ ਉਹਨੂੰ ਇੱਕ ਦਿਨ ਫੋਨ ਕੀਤਾ ਸੀ ਤੁਸੀਂ ਹੋਰ ਦੱਸੋ ਜਥੇਦਾਰ ਨੂੰ ਹਨਾ ਮੈਂ ਕਿਹਾ ਜਿਹੜੇ ਬਿਆਨ ਦੇ ਦੇ ਸੀ ਹੁਣ ਕਿਧਰ ਗਏ ਉਹਨੇ ਫੋਨ ਕੱਟ ਲਿਆ ਪਹਿਲਾਂ ਤਾਂ ਫਿਰ ਤੁਸੀਂ ਪੁੱਛਣਾ ਸੀ ਵੀ ਸਾਹ ਕਿਉਂ ਕੁੱਟਣ ਲੱਗ ਪਿਆ ਹਾਂ ਦੇਖੋ ਜਿਹੜਾ ਸਾਹ ਕੁੱਟਣਾ ਉਹਦਾ ਪ੍ਰੈਸ਼ਰ ਹੈ ਜੀ ਉਹ ਤਾਂ ਪ੍ਰੈਸ਼ਰ ਹੁੰਦਾ ਹੈ ਤੇ ਉਹਨੂੰ ਪਤਾ ਹੈ ਵੀ ਜੇ ਕਿਤੇ ਮੇਰੇ ਹੁੰਦਿਆਂ ਹੋਏ ਕੋਈ ਗੜਬੜ ਹੋ ਜਾਂਦੀ ਹੈ ਮੁਰਸ਼ ਨੂੰ ਨਿਕੋਟੀ ਦੀ ਆਉਣੀਆਂ ਇਲੈਕਸ਼ਨ ਠੀਕ ਹੈ ਬਾਦਲ ਜੋ ਵੀ ਲਿਖ ਕੇ ਦਿੰਦੇ ਨੇ ਉਹ ਬੋਲ ਦਿੰਦਾ ਠੀਕ ਹੈ ਉਹ ਬਾਦਲਾਂ ਦਾ ਪ੍ਰੈਸ਼ਰ ਹੀ ਹੈ ਹੋਰ ਕੋਈ ਪ੍ਰੈਸ਼ਰ ਨਹੀਂ ਲਿਖੇਗਾ ਉਹਦੇ ਉੱਤੇ ਵੀ ਮੈਨੂੰ ਸ਼ਾਇਦ ਹਟਾ ਦੇਣਗੇ ਤੇ ਤੇ ਹੁਣ ਬਿਆਨ ਇਹ ਵੀ ਦਿੰਦੇ ਕਈ ਵਾਰ ਮੈਂ ਸੁਣਿਆ ਉਹ ਕਹਿੰਦਾ ਹੁੰਦਾ ਕਹਿੰਦਾ ਸ਼ਾਇਦ ਤੇ ਆਉਣ ਵਾਲੇ ਜੋ ਸਰ ਕੋਈ ਨਵਾਂ ਹੋਵੇ ਜਾਨੀ ਕਿ ਉਹਨੂੰ ਖਤਰੇ ਦੀ ਘੰਟੀ ਪਹਿਲਾਂ ਬਜਾ ਦਿੰਦੀ ਹੈ ਉਹਨੂੰ ਕਹਿੰਦਾ ਵੀ ਚੁੱਪ ਕਰਕੇ ਬੈਠਾ ਰਹਿ ਐਨਾ ਕਬੂਲੇ ਚੱਲ ਇਤੋਂ ਵੱਧ ਬੋਲੇਗਾ ਤਾਂ ਆਪਦੇ ਘਰ ਜਾਇਂ ਆ ਚੱਕਰ ਹੈ ਅੱਛਾ ਇੱਕ ਹੋਰ ਮੁੱਦਾ ਬੜਾ ਗੰਭੀਰ ਹੈ ਧਰਮ ਪਰਿਵਰਤਨ ਦਾ ਬਹੁਤ ਰੌਲਾ ਪੈ ਰਿਹਾ ਧਰਮ ਪਰਿਵਰਤਨ ਦਾ ਜ਼ਿੰਮੇਵਾਰ ਤੁਸੀਂ ਕਿੰਨੂੰ ਮੰਨਦੇ ਹੋ ਦੇਖੋ ਜ਼ਿੰਮੇਵਾਰੀ ਇਹਦੇ ਵਿੱਚ ਜੀ ਜਿਹੜਾ ਜ਼ਿੰਮੇਵਾਰਾ ਸਾਡੇ ਧਾਰਮਿਕ ਠੇਕੇਦਾਰ ਹੈ ਜੇ ਧਰਮ ਪਰਿਵਰਤਨ ਹੋ ਰਿਹਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਵੀ ਸਾਡੇ ਸਿੱਖਾਂ ਨੂੰ ਇਸਾਈ ਬਣਾਇਆ ਜਾ ਰਿਹਾ ਮੈਂ ਸਿੱਧਾ ਕਹਿ ਦੇਣਾ ਪਹਿਲਾਂ ਵੀ ਇੰਟਰਵਿਊ ਵਿੱਚ ਕਿਹਾ ਹੋਇਆ ਠੀਕ ਹੈ ਉਹ ਕਹਿੰਦੇ ਐਲੀਗੇਸ਼ਨ ਇਹ ਲਾਉਂਦੇ ਆ ਵੀ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਲਾਲਚ ਦੇ ਕੇ ਕੀਤਾ ਜਾਂਦਾ ਨਾ 25000 ਏਕੜ ਜ਼ਮੀਨ ਹੈ ਸ਼੍ਰੋਮਣੀ ਕਮੇਟੀ ਕੋਲ ਹੈ 7 ارب ਰੁਪਇਆ ਠਿਕਾ ਹੁੰਦਾ ਠੀਕ ਹੈ 170 ਐਜਪੀਸੀ ਮੈਂਬਰ ਨੇ 170 ਹਲਕੇ ਨੇ ਮੈਂ ਕਹਿੰਦਾ ਇੱਕ ਹਲਕੇ ਵਿੱਚ ਇੱਕ ਤੁਸੀਂ ਸਕੂਲ ਬਣਾ ਦਿਓ ਇੱਕ ਤੁਸੀਂ ਹਸਪੀਟਲ ਬਣਾ ਦਿਓ ਤੁਹਾਡੇ ਪੰਥ ਦੀ ਸ਼੍ਰੋਮਣੀ ਕਮੇਟੀ ਚੜ੍ਹਦੀ ਕਲਾ ਹੋ ਜਾ ਹੂੰ ਠੀਕ ਹੈ ਪਰ ਇਹ ਬੰਦੇ ਕਰ ਨਹੀਂ ਰਹੇ ਤੇ ਜੇ ਤੁਸੀਂ ਇਸਾਈਆਂ ਨੂੰ ਕਹਿੰਦੇ ਹੋ ਵੀ ਉਹ ਲਾਲਚ ਦਿੰਦੇ ਆ ਤੁਹਾਡੇ ਕੋਲੇ ਬਜਟ ਸ਼੍ਰੋਮਣੀ ਕਮੇਟੀ ਕੋਲੇ ਬਹੁਤ ਵੱਡਾ ਬਜਟ ਹੈ ਹੂੰ ਤੁਸੀਂ ਅਜੇ ਤੱਕ ਕੁਝ ਨਹੀਂ ਕੀਤਾ ਸਿਰਫ ਉਹ ਬਜਟ ਬਾਲ ਲਦੀਆਂ ਚੋਣਾ ਵਿੱਚ ਖਰਚ ਹੁੰਦਾ ਉਹਦੇ ਘਰ ਲੰਗਰ ਲੱਗਦੇ ਆ ਚੋਣਾ ਵਿੱਚ ਲੰਗਰ ਲੱਗਦੇ ਆ ਤੇ ਆ ਹੁਣ ਪਿੱਛੇ 4 ਕਰੋੜ ਦੇ ਫੁੱਲ ਆਏ ਸੀ ਕੀ ਕੀਤਾ ਜੀ ਗੁਰਬਾਣੀ ਵਿੱਚੋਂ ਇੱਕ ਸ਼ਬਦ ਕੱਢ ਕੇ ਦਿਖਾਦੇ ਜਿੱਥੇ ਫੁੱਲ ਤੋੜਨ ਵਾਇ ਤੇ ਕਿਹਾ ਹੋਇ ਮਨਾਹੀ ਕੀਤੀ ਹੋਈ ਹੈ ਨਾ ਇਹ ਕੋਈ ਪੂਜਾ ਹੈ ਠੀਕ ਹੈ ਜਣੇ ਕਿ ਇਹ ਲੋਕ ਜਿਹੜਾ ਧਾਰਮਿਕ ਬਜਟ ਹੈਗਾ ਜੀ ਉਹ ਇਹਨਾਂ ਲੋਕਾਂ ਤੇ ਲਾ ਨਹੀਂ ਰਹਾ ਜਿਨਾਂ ਨੂੰ ਲੋਡ ਸੀ ਹੁਣ 70 GB ਇਸ ਮੈਂਬਰ ਨੇ ਇਹਨਾਂ ਨੇ ਏਰੀ ਦੇ ਮਤਲਬ ਗੁਰਦੁਆਰੇ ਬੰਡੇ ਹੋਏ ਆ ਵੀ ਆ ਤੇਰੇ ਅੰਦਰੋਂ ਆਉਂਦਾ ਹੈ ਤੇਰੇ ਅੰਦਰੋਂ ਆਉਂਦੇ ਉੱਥੋਂ ਚੱਕੀ ਚਕਾਈ ਜਾਂਦੇ ਆ ਠੀਕ ਹੈ ਸਭ ਤੋਂ ਵੱਡਾ ਕਸੂਰ ਮਾਰ ਜੇ ਹੈਗਾ ਤਾਂ ਸ਼੍ਰੋਮਣੀ ਕਮੇਟੀ ਆ ਫਿਰ ਤੁਸੀਂ ਜੇ ਤੁਸੀਂ ਇਹ ਕਹਿੰਦੇ ਵੀ ਲਾਜ ਚ ਹੈ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਸਿੱਧੀ ਦੱਸ ਦੇਣਾ ਤੁਹਾਡੇ ਬੱਚੇ ਇੱਥੇ ਅਸਾਇਆਂ ਦੇ ਸਕੂਲਾਂ ਵਿੱਚ ਪੜ੍ਹਦੇ ਆ ਪੜ੍ਹਦੇ ਨੇ ਨਹੀਂ ਪੜ੍ਹਦੇ ਫੋਰਨ ਕੰਟਰੀ ਕੈਨੇਡਾ ਅਮਰੀਕਾ ਦੇ ਮਰਜ਼ੀ ਬਾਜੋ ਉੱਥੇ ਵੀ ਕ੍ਰਿਸ਼ਨਾ ਦੀਆਂ ਜਿਹੜੀਆਂ ਯੂਨੀਵਰਸਿਟੀ ਉੱਥੇ ਜਾਂਦੇ ਆ ਫਿਰ 25 30 ਲੱਖ ਰੁਪਏ ਲਾ ਕੇ ਆਪਣੇ ਬੱਚਿਆਂ ਨੂੰ ਕਿਉਂ ਭੇਜ ਰਹੇ ਹੋ ਇਹ ਉਹ ਲੋਕ ਨੇ 8:00 ਵਜੇ ਸਕੂਲਾਂ ਤਿਆਰ ਕਰਕੇ ਬੈਨਾਂ ਚ ਬਹਾਨਦੇ ਬੱਚਿਆਂ ਨੂੰ ਉਹ ਸਕੂਲ ਕਿ ਬੈਨਾਂ ਕਿਹਦੇ ਆ ਸਾਈ ਸਕੂਲਾਂ ਦੀ ਤੇ ਬਾਅਦ ਵਿੱਚ ਸਤਨਾ ਵਿੱਚ ਕਹੇ ਕਿ ਕਹਿੰਦੇ ਮਾੜਾ ਹੋ ਰਿਹਾ ਠੀਕ ਹੈ ਜ਼ਿੰਮੇਵਾਰ ਅਸੀਂ ਖੁਦ ਵੀ ਹਾਂ ਔਰ ਸਾਡੀਆਂ ਸੰਸਥਾਵਾਂ ਨੇ ਠੀਕ ਹੈ ਜੀ ਤੁਸੀਂ ਐਡਾ ਵੱਡਾ ਬਜਟ ਸੋਮਣੀ ਕਮੇਟੀ ਦੇ ਮੈਨੂੰ ਦੱਸੋ ਤੁਸੀਂ ਕਿੱਥੇ ਲਾ ਰਹੇ ਹੋ ਕਿੱਥੇ ਲਾਇਆ ਕਿਤੇ ਕੰਮ ਲਈ ਨਹੀਂ ਲਾਉ ਇਹ ਲਾਇਆ ਹੁੰਦਾ ਤਾਂ ਹਾਲਾਤ ਅੱਜ ਹੋਣੇ ਨਹੀਂ ਸੀ ਜਾਂਦੇ ਜਾਂਦੇ ਮੇਰਾ ਆਖਰੀ ਸਵਾਲ ਕਦੇ ਕਿਸੇ ਪਾਰਟੀ ਨੇ ਕੰਨ 'ਚ ਫੂਕ ਨਹੀਂ ਮਾਰੀ ਵਿਗਿਆਨੀ ਜੀ ਇੰਨਾ ਬੋਲਦੇ ਹੋ ਆ ਲੋ ਇੰਨਾ ਤੇ ਸਾਡੇ ਆ ਲਾਜੋ ਬਹੁਤ ਹੁਕਮ ਬੱਜੀਆਂ ਜੀ ਮੇਰਾ ਇੱਕ ਕਰਦਾਰ ਆ ਆਪਣਾ ਅ ਬਹੁਤ ਪੈਸਾ ਦੇਖਿਆ ਮੈਂ ਬਹੁਤ ਕੁਝ ਅੱਜ ਵੀ ਮਹਾਰਾਜ ਦੀ ਕਿਰਪਾ ਵਧੀਆ ਟੌਰ ਨਾਲ ਜੀ ਰਹੇ ਆ ਬੜਾ ਕੁਝ ਕਿਹਾ ਸੀ ਐਦਾਂ ਬੋਲ ਦਿਓ ਤਹਾਨੂੰ ਆਫਰ ਵੀ ਕੀਤਾ ਸੀ ਟਿਕਟ ਵਾਸਤੇ ਵੀ ਹਨਾ ਇੱਥੋਂ ਲੜ ਲਓ ਇੱਥੋਂ ਲੜ ਲਓ ਮੈਂ ਕਿਹਾ ਨਹੀਂ ਮੈਂ ਕਿਸੇ ਸੰਸਥਾਨ ਨਾਲ ਜੁੜ ਕੇ ਕੰਮ ਨਹੀਂ ਕਰਦਾ ਸ਼ਰਿਆਮ ਆਪਣੇ ਬਲਬੂਤੇ ਤੇ ਬੋਲਦਾ ਜਿਹੜੀ ਗੱਲ ਸਿਧਾਂਤਿਕ ਗੱਲ ਹੈਗੇ ਉਹ ਵੀ ਮੈਂ ਸਿੱਧੀ ਬੋਲਦਾ ਮੈਂ ਕਿਹਾ ਜਿਹੜੇ ਸਾਈ ਪਾਸਟਰ ਜਿਹੜੇ ਕਹਿੰਦੇ ਆ ਫਾਇਰ ਕਰਕੇ ਕਹਿੰਦੇ ਆ ਬੰਦਾ ਜਿੰਦਾ ਹੋ ਗਿਆ ਹਨਾ ਉਹ ਆਪਣੀ ਬਾਈਬਲ ਵਿੱਚ ਪੜ੍ਹ ਕੇ ਕਹਿੰਦੇ ਆ ਉੱਥੇ ਲਿਖਿਆ ਹੋਇਆ ਮੈਂ ਤੁਹਾਨੂੰ ਸੁਣਾ ਸਕਦਾ ਹਨਾ ਉਹਨਾਂ ਲਈ ਬਾਈਬਲ ਵਿੱਚ ਲਿਖਿਆ ਹੋਇਆ ਉਹ ਜਿੱਦਾਂ ਕਰਦੇ ਸੀ ਉਹ ਕਾਰਨ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਕਰਾ ਮਤ ਨੂੰ ਥਾਂ ਨਹੀਂ ਤੁਸੀਂ ਨਹੀਂ ਕਰਦੇ ਤੁਸੀਂ ਕਿਹਨੂੰ ਦਰਬਾਰ ਸਾਹਿਬ ਕੈਂਸਲ ਦਾ ਇਲਾਜ ਹੋਜੂ ਕੋਈ ਲੱਤਾਂ ਖੜੀਆਂ ਵਾਲਾ ਬੰਦਾ ਚੱਲ ਗਿਆ ਉਹਦਾ ਇਲਾਜ ਹੋਜੂ ਠੀਕ ਹੈ ਤੇ ਫਿਰ ਪਖੰਡ ਸਭ ਤੋਂ ਵੱਡਾ ਇਹ ਗੱਲ ਹਾਜ਼ਮ ਨਹੀਂ ਹੋਣੀ ਅਰਮਾਲਾ ਸਾਹਿਬ ਬਾਰ-ਬਾਰ ਝੋਣ ਵੱਜਦੇ ਗੁਰੂ ਸਾਹਿਬ ਨੇ ਕਿੱਥੇ ਕਿਹਾ ਤੁਸੀਂ ਕਰੋੜਾਂ ਰੁਪਈਆ ਉੱਥੇ ਖਰਾਬ ਕਰ ਰਹੇ ਹੋ ਇੱਕ ਵੀ ਤੁਸੀਂ ਮੈਨੂੰ ਸੁਣਾਉਣ ਦੇ ਦਿਓ ਵੀ ਰਮਾਲੇ ਵਾਤੇ ਗੁਰਸਾਹਿਬ ਬਾਬਾਰ ਕੀ ਹੋਵੇ ਠੀਕ ਹੈ ਅਸੀਂ ਨਹੀਂ ਪਖੰਡ ਕਰਦੇ ਸਾਡੇ ਬਾਬੇ ਤਕਰੀਬਨ ਮੁੰਡਿਆਂ ਦੀਆਂ ਅਰਦਾਸਾਂ ਹੀ ਕਰਦੇ ਗੁਰਦੁਆਰਿਆਂ ਵਿੱਚ ਉੱਥੇ ਕੁੜੀ ਦੀ ਅਰਦਾਸ ਹੁੰਦੀ ਹੈ ਪਹਿਲਾਂ ਤੁਸੀਂ ਆਪਣਾ ਪਖੰਡ ਰੋਕੋ ਮੈਂ ਇਹ ਗੱਲ ਕਹੀ ਸੀ ਦੂਸਰੇ ਦਾ ਪਖੰਡ ਤੁਸੀਂ ਫੇਰ ਰੋਕਿਓ ਮੈਂ ਕਿ ਸਿੱਖ ਮਿਸਨੀ ਕਾਲ ਤੋਂ ਪੜ੍ਹੇ ਹੋਏ ਬੰਦਾ ਮੈਂ ਕਿਸੇ ਪਖੰਡ ਦੇ ਨਾਲ ਸਹਿਮਤ ਨਹੀਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਇੱਕ ਉਦਾਹਰਣ ਦੇ ਦਿੰਦਾ ਜਦੋਂ ਔਰੰਗਜ਼ੇਬ ਨੇ ਸੀਸ ਮੰਗੇ ਮੰਗੇ ਸੀ ਨਾ ਜੀ ਕੀ ਕਿਹਾ ਸੀ ਕਹਿਣ ਲੱਗੇ ਤਿੰਨ ਸ਼ਰਤਾਂ ਨੇ ਕਲਮਾ ਪੜੋ ਮੁਸਲਮਾਨ ਬਣ ਜਾਓ ਕਰਾਮਾ ਦਿਖਾਓ ਨਹੀਂ ਮਰਨ ਲਈ ਤਿਆਰ ਹੋ ਜਾਓ ਗੁਰੂ ਪਾਸ਼ਾ ਕਹਿੰਦੇ ਨਾ ਕਰਾਮਾ ਦਿਖਾਉਣੀ ਐ ਨਾ ਕਲਮਾ ਪੜ ਕੇ ਮੁਸਲਮਾਨ ਬਣਨਾ ਕਹਿੰਦੇ ਮੈਂ ਮਰਨ ਲਈ ਤਿਆਰ ਆ ਸਿਰ ਸਹਾਜ ਰੈ ਕੱਟ ਲਓ ਇਹ ਗੱਲ ਕਹੀ ਸੀ ਨਾ ਤੇ ਅੱਜ ਜਿਹੜਾ ਅੰਮ੍ਰਿਤਪਾਲ ਗੱਲ ਕਰਦਾ ਗੁਰੂ ਤੇਗਬਹਾਦਰ ਪਾਸ਼ਾ ਨੂੰ ਸਾਹਮਣੇ ਲਿਆਉਂਦਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਬਾਣੀ ਪੜ ਕੇ ਦੇਖੋ ਬੀਸੀ ਕਿਸ ਲਈ ਦਿੱਤਾ ਸੀ ਉਹਨੇ ਤਾਂ Hindu ਕੌਮ ਨੂੰ ਬਚਾਉਣ ਲਈ ਠੀਕ ਹੈ ਉਹ 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 ਸਹਾਦਤ ਹੈ ਬਹੁਤ ਵੱਡੀ ਉਹ ਉਹ ਜੀਆਂ ਸਾਖੀਆਂ ਲੋਕਾਂ ਨੂੰ ਸੁਣਾ ਕੇ ਅਮਰਤਪਾਲ ਵੀ ਗਮਰਾਹ ਕਰਦਾ ਸਾਡੇ ਕੋਂਬੇ ਗਮਰਾਹ ਕਰ ਲੈਂਦੀ ਹੈ ਏਸੀਜੀ ਗਿਆਨੀ ਬੂਟਾ ਸਿੰਘ ਜੀ ਜਿਨ੍ਹਾਂ ਨੇ ਆਪਣੇ ਦਿਲ ਦੇ ਬਲਬਲੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਤੁਹਾਡੇ ਦਿਲ 'ਚ ਕੀ ਬਲਬਲੇ ਨੇ ਤੁਸੀਂ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਗਿਆਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹਿਣਾ ਜੀ ਇਸੇ ਤਰ੍ਹਾਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਤੇ ਸਮੇਂ-ਸਮੇਂ ਤੇ ਇਸੇ ਤਰ੍ਹਾਂ ਦੀਆਂ ਇੰਟਰਵਿਊਜ਼ ਹੋਰ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਤਿ ਸ਼੍ਰੀ ਅਕਾਲ